ਆਪਣਾ ਸਾਂਝਾ ਪੰਜਾਬ ਟੀਵੀ ਤੇ ਦੋਸਤੋ ਤੁਹਾਡਾ ਸਵਾਗਤ ਹੈ। ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਪੇਸ਼ ਹੈ ਪ੍ਰੋਗਰਾਮ ਬਾਜ਼ ਦੀ ਉਡਾਰੀ। ਬਾਜ਼ ਦੀ ਉਡਾਰੀ ਪ੍ਰੋਗਰਾਮ ਰੋਜ਼ਾਨਾ ਅਸੀਂ ਤੁਹਾਡੇ ਰੂਬਰੂ ਲੈ ਕੇ ਆਉਂਦੇ ਹਾਂ। ਆਹੀ ਸਮਾਂ ਹੁੰਦਾ ਹੈਗਾ, ਅਲੱਗ ਅਲੱਗ ਵਿਸ਼ਿਆਂ ਦੇ ਉੱਪਰ ਅਲੱਗ ਅਲੱਗ ਮੁੱਦਿਆਂ ਦੇ ਉੱਪਰ ਆਪਾਂ ਚਰਚਾ ਕਰਦੇ ਹੈਗੇ ਹਾਂ। ਦੋਸਤੋ ਅੱਜ ਜਿਹੜੇ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹੈਗੇ ਆ, ਬੜਾ ਹੀ ਅਹਿਮ ਹੈਗਾ। ਪੱਤਰਕਾਰੀ ਦੇ ਖੇਤਰ ਵਿੱਚ ਬਹੁਤ ਸਾਰੇ ਲੋਕ, ਤੁਸੀਂ ਉਹਨਾਂ ਦੇ ਨਾਮ ਸੁਣਦੇ ਹੈਗੇ ਆ, ਪਰ ਕੁਝ ਖਾਸ ਪੱਤਰਕਾਰ ਹੈਗੇ ਨੇ ਜਿਨ੍ਹਾਂ ਨੇ ਇੱਦਾਂ ਦਾ ਸੱਚ ਬੋਲਿਆ ਹੈਗਾ ਜਿਹੋ ਜਿਹਾ ਸੱਚ ਅੱਜ ਬਹੁਤ ਸਾਰੇ ਪੱਤਰਕਾਰ ਬੋਲਣ ਤੋਂ ਡਰਦੇ ਨੇ, ਜੋ ਹਕੀਕਤ ਹੈ ਉਹ ਬਿਆਨ ਕਰਨ ਤੋਂ ਕਤਰਾਉਂਦੇ ਨੇ, ਕੰਨੀ ਕਤਰਾਉਂਦੇ ਨੇ। ਜ਼ਿਆਦਾਤਰ ਪੱਤਰਕਾਰ ਤੁਹਾਨੂੰ ਉਹ ਮਿਲਣਗੇ ਜਿਹੜੇ ਜਿਨ੍ਹਾਂ ਦਾ ਉਲਾ ਭਾਰਤ ਦੀ ਜੋ ਸਰਕਾਰ ਹੈਗੀ ਆ, ਸਰਕਾਰਾਂ ਵੱਲੇ ਹੁੰਦਾ ਹੈਗਾ। ਸਰਕਾਰਾਂ ਜੋ ਕਹਿੰਦੀਆਂ ਨੇ, ਸਰਕਾਰਾਂ ਜੋ ਕਰਦੀਆਂ ਨੇ, ਉਹੋ ਜਿਹੀ ਬੋਲੀ ਬੋਲਦੇ ਨੇ ਉਹ ਲੋਕ। ਜੇ ਸਰਕਾਰ ਦੇ ਖਿਲਾਫ ਬੋਲਦੇ ਵੀ ਨੇ ਤਾਂ ਉਹਨਾਂ ਦੀ ਭਾਸ਼ਾ ਜਿਹੜੀ ਹੈਗੀ ਆ ਉਹ ਸਮਝਦਾਰ ਲੋਕ ਸਮਝ ਜਾਂਦੇ ਨੇ ਕਿ ਉਹਨਾਂ ਦਾ ਇਸ਼ਾਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰਾਂ ਦੇ ਵਿਰੁੱਧ ਨਹੀਂ ਹੁੰਦਾ। ਬਹੁਤ ਕੁਛ ਇੱਦਾਂ ਦਾ ਹੈਗਾ। ਔਰ ਜਿਹੜਾ ਸੰਘਰਸ਼ ਸਿੱਖ ਕੌਮ ਨੇ ਆਪਣੇ ਪਿੰਡੇ ਦੇ ਉੱਪਰ ਝੱਲਿਆ ਆਜ਼ਾਦ ਭਾਰਤ ਦੇ ਵਿੱਚ, ਖਾਸ ਕਰਕੇ 1978 ਤੋਂ ਬਾਅਦ, ਉਹ ਦਿਲ ਦਹਿਲਾ ਦੇਣ ਵਾਲਾ ਹੈ। ਉਹ ਜੋ ਵਰਤਾਰਾ ਸਿੱਖਾਂ ਨੇ ਆਪਣੇ ਅੱਖੀਂ ਵੇਖਿਆ ਹੈਗਾ, ਜਿਹਨਾਂ ਨੇ ਵੇਖਿਆ, ਜਿਹਨਾਂ ਨੇ ਪਿੰਡੇ 'ਚ ਹੰਢਾਇਆ, ਉਹ ਜਾਣਦੇ ਨੇ, ਸਮਝਦੇ ਨੇ, ਔਰ ਦੱਸਣ ਦੇ ਯੋਗ ਵੀ ਨੇ ਕਿ ਕੀ ਕੁਛ ਵਾਪਰਿਆ ਸੀਗਾ। ਅੱਜ ਉਹ ਜੋ ਕੁਛ ਵਾਪਰਿਆ ਸੀਗਾ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਲੱਗ ਹੀ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੇੜਿਓਂ ਡਿੱਠੇ ਸੰਤ ਭਿੰਡਰਾਂ ਵਾਲੇ, ਪੱਤਰਕਾਰ ਦਲਬੀਰ ਸਿੰਘ ਹੋਰਾਂ ਦੀ ਇੱਕ ਲਿਖੀ ਹੋਈ ਕਿਤਾਬ ਹੈਗੀ ਆ, ਪੱਤਰਕਾਰ ਦਲਬੀਰ ਸਿੰਘ, ਜਿਹੜੇ ਕਿ ਇੱਦਾਂ ਦੇ ਖਾਸ ਪੱਤਰਕਾਰਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਲਿਖਿਆ ਬਿਲਕੁਲ ਸੱਚ ਦੇ ਲਾਗੇ ਹੋ ਕੇ ਦੇਖਿਆ। ਉਹਨਾਂ ਨੇ ਜੋ ਸੱਚ ਆਪਣੀਆਂ ਅੱਖਾਂ ਦੇ ਨਾਲ ਲਾਗਿਓਂ ਡਿੱਠਾ, ਉਹ ਸੱਚ ਨੂੰ ਉਹਨਾਂ ਨੇ ਬਿਆਨ ਕੀਤਾ। ਇੱਦਾਂ ਦੀ ਜ਼ਰੂਰਤ ਸੀਗੀ ਸਰਦਾਰ ਦਲਬੀਰ ਸਿੰਘ ਪੱਤਰਕਾਰ ਜੀ ਦੇ ਅੰਦਰ। ਦੁਨੀਆਂ ਤੋਂ ਰੁਖਸਤ ਹੋ ਗਏ ਨੇ ਬੀਤੀ ਕੱਲ, ਅੱਜ ਉਹਨਾਂ ਦਾ ਸੰਸਕਾਰ ਉਹਨਾਂ ਦੇ ਪਿੰਡ ਗੰਨਾ ਫਿਲੌਰ ਦੇ ਵਿੱਚ ਕੀਤਾ ਗਿਆ। ਉਹਨਾਂ ਦੇ ਸੰਬੰਧ ਵਿੱਚ ਆਪਾਂ ਚਰਚਾ ਕਰਾਂਗੇ। ਮੇਰੇ ਨਾਲ ਨੇ ਸਰਦਾਰ ਬਲਜੀਤ ਸਿੰਘ ਜੀ ਖਾਲਸਾ, ਜਿਹੜੇ ਕਿ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਕੇ ਆਏ ਨੇ, ਸਾਡੇ ਨਾਲ ਨੇ। ਖਾਲਸਾ ਜੀ ਸਵਾਗਤ ਜੀ ਤੁਹਾਡਾ ਸਾਡੇ ਪ੍ਰੋਗਰਾਮ ਬਾਜ਼ ਦੀ ਉਡਾਰੀ ਵਿੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਪਣੇ ਸਾਰੇ ਦਰਸ਼ਕ ਜਿੰਨੇ ਵੀ ਗੱਲਬਾਤ ਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਪੱਤਰਕਾਰ ਦਲਬੀਰ ਸਿੰਘ ਦੁਨੀਆਂ ਤੋਂ ਰੁਖਸਤ, ਤੁਹਾਡੀ ਕੀ ਰਾਏ ਹੈਗੀ ਆ, ਉਹਨਾਂ ਦੇ ਪ੍ਰਤੀ ਕੀ ਕਹਿਣਾ ਚਾਹੁੰਦੇ ਹੈਗੇ ਆ, ਕਿਵੇਂ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੋਗੇ, ਤੁਸੀਂ ਜ਼ਰੂਰ ਕਮੈਂਟ ਕਰਿਓ। ਸਰਦਾਰ ਬਲਜੀਤ ਸਿੰਘ ਜੀ ਖਾਲਸਾ, ਜਿਹੜਾ ਕਿ ਵੰਗਾਰ ਰਸਾਲਾ ਹਰੇਕ ਮਹੀਨੇ ਛਪਦਾ ਹੈਗਾ, ਉਹਦੇ ਸੰਪਾਦਕ ਨੇ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਵੀ ਕੌਮ ਦੀ ਝੋਲੀ ਵਿੱਚ ਪਾਈਆਂ ਨੇ। ਸੋ ਅੱਜ ਇਸੇ ਕਰਕੇ ਆਪਾਂ ਉਹਨਾਂ ਨੂੰ ਇਸ ਪ੍ਰੋਗਰਾਮ 'ਚ ਸੱਦਿਆ ਹੈਗਾ, ਕਿਉਂਕਿ ਪੱਤਰਕਾਰ ਦਲਬੀਰ ਸਿੰਘ ਜੀ ਦੇ ਬਾਬਤ ਮੈਨੂੰ ਲੱਗਦਾ ਸੀਗਾ ਕਿ ਬਲਜੀਤ ਸਿੰਘ ਖਾਲਸਾ ਕਲਮ ਦੇ ਧਨੀ ਨੇ, ਉਹਨਾਂ ਦੇ ਬਾਬਤ ਉਹੀ ਗੱਲ ਕਰ ਸਕਦੇ ਨੇ ਵਧੀਆ। ਖਾਲਸਾ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਇਹੀ ਜਾਣਨਾ ਚਾਹੁੰਦਾ ਹੈਗਾ ਕਿ ਪੱਤਰਕਾਰ ਸਰਦਾਰ ਦਲਬੀਰ ਸਿੰਘ ਜੀ ਦੁਨੀਆਂ ਤੋਂ ਰੁਖਸਤ ਹੋ ਗਏ, ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੀਗਾ, ਤੁਸੀਂ ਉੱਥੇ ਜਾ ਕੇ ਆਏ ਹੈਗੇ ਆ, ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਕਿਉਂਕਿ ਤਾਂਘ ਹੋਏਗੀ ਲੋਕਾਂ ਨੂੰ ਕਿ ਉੱਥੇ ਕੌਣ ਕੌਣ ਸੱਜਣ ਪਹੁੰਚੇ ਸੀਗੇ, ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਤੇ ਕਿਹੜੇ ਕਿਹੜੇ ਰਾਜਨੀਤਿਕ ਲੋਕ ਅੱਜ ਉੱਥੇ ਪਹੁੰਚੇ। ਤੇ ਵੀਰ ਜੀ, ਰਾਜਨੀਤਿਕ ਲੋਕਾਂ ਦੀ ਜੇ ਗੱਲ ਕਰੀਏ, ਰਾਜਨੀਤਿਕ ਲੋਕਾਂ ਦੇ ਵਿੱਚੋਂ ਤਾਂ ਮੇਰੇ ਖਿਆਲ ਕੋਈ ਵੀ ਨਹੀਂ ਸੀ ਉੱਥੇ ਜੀ। ਵੈਸੇ ਤਾਂ ਆਪਣੇ ਸਾਹਿਤ ਦੇ ਖੇਤਰ ਦੇ ਵਿੱਚ ਤੇ ਸਿੱਖ ਜਦੋ ਜਹਿਦ ਦੇ ਖੇਤਰ ਦੇ ਵਿੱਚ ਜਿਹੜੀਆਂ ਕੰਮ ਕਰ ਰਹੀਆਂ ਅਹਿਮ ਸ਼ਖਸੀਅਤਾਂ ਜਿਹੜੀਆਂ ਉਹ ਪਹੁੰਚੀਆਂ, ਜਿਵੇਂ ਸਰਦਾਰ ਅਜਮੇਰ ਸਿੰਘ, ਜਿਹੜੇ ਪ੍ਰਸਿੱਧ ਸਿੱਖ ਚਿੰਤਕ ਨੇ ਤੇ ਕਈ ਕਿਤਾਬਾਂ ਜਿਹੜੀਆਂ ਜਿਹਨਾਂ ਨੇ ਕਿ 20ਵੀਂ ਸਦੀ ਦੀ ਸਿੱਖ ਰਾਜਨੀਤੀ ਦੀ ਜਿਹੜੀ ਸੀਰੀਜ਼ ਜਿਹੜੇ ਲਿਖ ਰਹੇ ਨੇ। ਇਸ ਤੋਂ ਇਲਾਵਾ ਸਰਦਾਰ ਦਲਬੀਰ ਸਿੰਘ ਹੋਰਾਂ ਦੇ ਸਾਥੀ ਪੱਤਰਕਾਰ
ਸਰਦਾਰ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਨੇ ਕਿ ਪਿੱਛੇ ਜੇ ਇੱਕ ਕਿਤਾਬ ਜਿਹੜੀ ਆ 1984 ਦੀਆਂ ਘਟਨਾਵਾਂ ਦੇ ਉੱਪਰ ਲਿਖੀ ਆ, ਉਹ ਵੀ ਉੱਥੇ ਪਹੁੰਚੇ ਸੀਗੇ। ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜਿਹੜੇ ਸਿੱਖ ਵਿਦਵਾਨ, ਉਹ ਵੀ ਪਹੁੰਚੇ ਸੀਗੇ। ਜੀ ਤੇ ਏਦਾਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਕਿਉਂਕਿ ਸਰਦਾਰ ਦਲਬੀਰ ਸਿੰਘ ਬੜੇ ਲੰਮੇ ਸਮੇਂ ਤੋਂ ਜਿਹੜਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਮਿਲ ਕੇ ਜਿਹੜੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਉਹਦੇ ਨਾਲ ਵੀ ਕੰਮ ਕਰ ਰਹੇ ਸੀਗੇ। ਇਸ ਕਰਕੇ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਇਸ ਟਾਈਮ ਦੇਸ਼ ਵਿੱਚ ਨਹੀਂ ਆ, ਕੈਨੇਡਾ ਦੇ ਵਿੱਚ ਨੇ, ਤੇ ਉਹਨਾਂ ਦੀ ਜਥੇਬੰਦੀ ਦੇ ਕਈ ਜਿਹੜੇ ਨੇ ਅਹਿਮ ਕਾਰਕੁਨ ਜਿਹੜੇ ਉੱਥੇ ਪਹੁੰਚੇ ਸੀ, ਜਿਨ੍ਹਾਂ ਵਿੱਚ ਸਰਦਾਰ ਹਰਮਨਦੀਪ ਸਿੰਘ ਧਰਾਲੀ ਜੀ ਤੇ ਸਰਦਾਰ ਸਤਵਿੰਦਰ ਸਿੰਘ ਪਾਲਾਸੌਰ, ਇਸ ਤੋਂ ਇਲਾਵਾ ਦੇਸ਼ ਪੰਜਾਬ ਮੈਗਜ਼ੀਨ ਦੇ ਸੰਪਾਦਕ ਰਹੇ ਜਿਹੜੇ ਲੰਮਾ ਸਮਾਂ, ਸਰਦਾਰ ਗੁਰਬਚਨ ਸਿੰਘ ਜਲੰਧਰ ਤੋਂ ਜੀ ਜੀ ਤੇ ਏਦਾਂ ਜਿਹੜੀਆਂ ਅਹਿਮ ਸ਼ਖਸੀਅਤਾਂ ਜਿਹੜੀਆਂ ਕਿ ਸਿੱਖ ਸਾਹਿਤ ਦੇ ਖੇਤਰ ਦੇ ਵਿੱਚ ਸਿੱਖ ਸੰਘਰਸ਼ ਦੇ ਸੰਬੰਧ ਵਿੱਚ ਜਿਹੜਾ ਕਿ ਬਹੁਤ ਵਧੀਆ ਕੰਮ ਕਰ ਰਹੀਆਂ ਨੇ, ਉਹ ਉੱਥੇ ਮੌਕੇ ਦੇ ਉੱਤੇ ਪਹੁੰਚੀਆਂ ਸੀਗੀਆਂ। ਜੀ 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 ਖਾਲਸਾ ਜੀ, ਪੱਤਰਕਾਰ ਤੇ ਬਹੁਤ ਨੇ, ਅੱਜ ਵੀ ਬੜੇ ਹੈਗੇ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਭਾਰਤੀ ਮੀਡੀਆ ਜਾਂ ਪੱਤਰਕਾਰ, ਜਿਹੜੇ ਕਾਲੀ ਪੱਤਰ ਜਿਹੜੇ ਪੀਲੀ ਪੱਤਰਕਾਰੀ ਕਰਦੇ ਹੈਗੇ ਆ ਜਾਂ ਸਰਕਾਰ ਦੀ ਬੋਲੀ ਬੋਲਦੇ ਨੇ, ਪੱਤਰਕਾਰ ਬੜੇ ਨੇ, ਪਰ ਸਰਦਾਰ ਦਲਬੀਰ ਸਿੰਘ ਜੀ ਵਿੱਚ ਖਾਸ ਕੀ, ਉਹ ਜ਼ਰੂਰ ਦੱਸੋ। ਜਿਹੜੀ ਹੈ ਕਿ ਅਸੀਂ ਦੇਖਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਸ਼ਖਸੀਅਤ ਜਿਹੜੀ ਹੈ ਜੀ, ਕਿ ਜਿਹੜਾ ਵੀ ਉਹਨਾਂ ਦੀ ਦੇ ਸੰਪਰਕ ਦੇ ਵਿੱਚ ਆਇਆ ਉਹ ਉਹਨਾਂ ਦਾ ਹੀ ਹੋ ਕੇ ਰਹਿ ਗਿਆ ਜੀ। ਤੇ ਉਹਦੇ ਵਿੱਚੋਂ ਤੇ ਕਈ ਏਦਾਂ ਦੀਆਂ ਵੀ ਸਾਨੂੰ ਜਿਹੜੀਆਂ ਸੁਣਨ ਨੂੰ ਮਿਲਦੀਆਂ ਜਿਹੜੀ ਹਕੀਕਤ ਆ, ਤੇ ਸਰਕਾਰ ਨੇ ਕਈ ਜਿਹੜੇ ਨੇ ਕਿ CID ਵਾਲੇ ਜਿਨ੍ਹਾਂ ਦੀ ਡਿਊਟੀ ਇਹ ਲਾਈ ਹੁੰਦੀ ਸੀਗੀ ਜੀ, ਤੁਸੀਂ ਉਹ ਸੁਣਨਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਤੇ ਸੰਤ ਭਿੰਡਰਾਂ ਵਾਲੇ ਕੀ ਕਹਿੰਦੇ ਆ ਜੀ, ਤੇ ਉਹ ਰਿਪੋਰਟ ਜਿਹੜੀ ਆ ਉਹ ਤੁਸੀਂ ਸਰਕਾਰ ਨੂੰ ਭੇਜਣੀ ਆ ਜੀ। ਤੇ ਉਹ ਤਕਰੀਰਾਂ ਸੁਣ ਸੁਣ ਕੇ ਕਈ CID ਵਾਲੇ ਜਿਹੜੇ ਸੀਗੇ ਉਹਨਾਂ ਦੇ ਜੀਵਨ ਦੇ ਵਿੱਚ ਪਲਟਾ ਆ ਗਿਆ, ਤੇ ਉਹ ਸਿੱਖ ਸੰਘਰਸ਼ ਦੇ ਨਾਲ ਜੁੜ ਗਏ, ਜਿਨ੍ਹਾਂ ਦੇ ਵਿੱਚੋਂ ਇੱਕ ਅਹਿਮ ਸ਼ਖਸੀਅਤ ਜਿਹੜੀ ਆ ਕਿ ਬੀਬੀ ਜਸਮੀਤ ਕੌਰ ਸ਼ੀਨਾ ਜੀ, ਜਿਹੜੇ ਕਿ ਪ੍ਰਸਿੱਧ ਖਾੜਕੂ ਭਾਈ ਸਤਨਾਮ ਸਿੰਘ ਸ਼ੀਨਾ ਦੇ ਵਾਈਫ ਨੇ ਜੀ, ਉਹਨਾਂ ਦੇ ਪਿਤਾ ਜੀ, ਉਹਨਾਂ ਦੀ ਇੱਕ ਮਿਸਾਲ ਜਿਹੜੀ ਆ ਕਿ ਸਾਹਮਣੇ ਆ, ਉਹ CID ਦੇ ਵਿੱਚ ਉਹਨਾਂ ਨੇ ਲਿਖਿਆ ਕਿ ਹੁੰਦੇ ਸੀਗੇ, ਤੇ ਉਹਨਾਂ ਦੀ ਡਿਊਟੀ ਜਿਹੜੀ ਆ ਕਿ ਉੱਥੇ ਲਾਈ ਸੀਗੀ ਸਰਕਾਰ ਨੇ, ਤੇ ਉਹ ਸੰਤ ਜਰਨੈਲ ਸਿੰਘ ਹੋਰਾਂ ਦੇ ਲੈਕਚਰ ਸੁਣ ਕੇ ਜਿਹੜੀ ਆ ਕਿ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਇਨਕਲਾਬੀ ਤਬਦੀਲੀ ਆ ਗਈ ਜੀ ਜੀ, ਤੇ ਉਹ ਸਰਕਾਰ ਦੇ ਨਾਲ ਟੁੱਟ ਕੇ ਜਿਹੜਾ ਕਿ ਸਿੱਖ ਸੰਘਰਸ਼ ਦੇ ਨਾਲ ਜੁੜੇ ਜੀ ਜੀ। ਤੇ ਕਈ ਪੱਤਰਕਾਰ ਜਿਹੜੇ ਨੇ ਕਿ ਉਸ ਦੌਰ ਦੇ ਵਿੱਚ ਜਿਹੜੇ ਕਿ ਜਿਹਨਾਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਨੇੜਤਾ ਦਾ ਨਿੱਘ ਜਿਹੜਾ ਉਹ ਪ੍ਰਾਪਤ ਹੋਇਆ, ਤੇ ਉਸ ਸ਼ਖਸੀਅਤ ਦੇ ਨਾਲ ਜੁੜ ਕੇ ਜਿਹੜਾ ਕਿ ਉਹ ਜਿਹੜੀ ਹੱਕਾਂ ਦੀ ਲੜਾਈ ਹੈ ਜਾਂ ਦਿੱਲੀ ਦੇ ਜਾਬਰ ਤਖ਼ਤ ਦੇ ਖਿਲਾਫ਼ ਜਿਹੜੀ ਕਿ ਮੂਵਮੈਂਟ ਹੈ, ਤੇ ਉਹਦਾ ਇੱਕ ਹਿੱਸਾ ਬਣ ਗਏ, ਉਹਨਾਂ ਦੇ ਵਿੱਚੋਂ ਸਰਦਾਰ ਦਲਬੀਰ ਸਿੰਘ ਪੱਤਰਕਾਰ ਜਿਹੜੇ ਨੇ ਉਹ ਇੱਕ ਅਹਿਮ ਥਾਂ ਰੱਖਦੇ ਨੇ, ਤੇ ਬਹੁਤ ਨੇੜਲਾ ਸਾਥ ਜਿਹੜਾ ਕਿ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਮਾਣਿਆ, ਤੇ ਸੰਤ ਭਿੰਡਰਾਂ ਵਾਲੇ ਕਈ ਮੁੱਦਿਆਂ ਦੇ ਉੱਤੇ ਜਿਹੜਾ ਕਿ ਉਹਨਾਂ ਦੇ ਨਾਲ ਸਲਾਹ ਕਰਕੇ ਜਿਹੜਾ ਕਿ ਕੋਈ ਕਦਮ ਚੁੱਕਦੇ ਰਹੇ ਜੀ, ਤੇ ਉਹਨਾਂ ਦੇ ਕੋਲ ਬਹੁਤ ਘਟਨਾਵਾਂ ਜਿਹੜੀਆਂ ਕਿ ਜਿਹੜੀਆਂ ਉਹਨਾਂ ਨੇ ਅੱਖੀਂ ਵੇਖੀਆਂ ਸੁਣੀਆਂ, ਜਿਨ੍ਹਾਂ ਦੀ ਗਵਾਹੀ ਉਹ ਗਾਹੇ ਵਗਾਹੇ ਦਿੰਦੇ ਰਹੇ ਸੀਗੇ। ਖਾਸ ਤੌਰ ਤੇ ਜੇ ਇੱਕ ਵੇਖਿਆ ਜਾਵੇ ਕਿ ਜਦੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਜੀ,
ਇਸ ਸਿੱਖ ਸੰਘਰਸ਼ ਦੇ ਨਾਲ ਜੁੜਨ ਦੀ ਜੀ ਉਹ ਘਟਨਾ ਸੀਗੀ 13 ਅਪ੍ਰੈਲ 1978 ਦਾ ਸਾਕਾ, ਜੀ 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 ਜਿਸ ਵੇਲੇ ਨਰਕਧਾਰੀਆਂ ਨੇ ਸਿੰਘਾਂ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ। ਜੀ ਤੇ ਉਸ ਵੇਲੇ ਬਤੌਰ ਪੱਤਰਕਾਰ, ਇੰਗਲਿਸ਼ ਟ੍ਰਿਬਿਊਨ ਦੇ ਪੱਤਰਕਾਰ ਵਜੋਂ ਸਰਦਾਰ ਦਲਬੀਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਸੀਗੇ ਜੀ। ਤੇ ਉਹ ਇਸ ਘਟਨਾ ਤੋਂ ਬਾਅਦ ਜਿਹੜੀ ਆ ਕਿ ਇਸਦੀ ਰਿਪੋਰਟਿੰਗ ਕਰਨ ਦੇ ਲਈ ਜੀ ਨਰਕਧਾਰੀਆਂ ਦਾ ਜਿਹੜਾ ਉੱਥੇ ਕੈਂਪ ਸੀਗਾ ਉਹਦੇ ਵਿੱਚ ਜਾ ਵੜੇ ਸੀਗੇ ਜੀ। ਤੇ ਉੱਥੇ ਉਹਨਾਂ ਨੇ ਵੇਖਿਆ ਕਿ ਉਹ ਇੱਕ ਜਿਹੜਾ ਕਿ ਉਹਨਾਂ ਨੂੰ ਦਿਖਾਇਆ ਜਾ ਰਿਹਾ ਸੀਗਾ ਸਾਰਾ ਜਿਹੜਾ ਉੱਥੋਂ ਦਾ ਜਿਹੜਾ ਕਿ ਸਫਾਈ ਦੇਣ ਦੇ ਲਈ ਜੀ ਕਿ ਇੱਥੇ ਕੁਝ ਵੀ ਏਦਾਂ ਦਾ ਨਹੀਂ ਹੈ। ਉਹ ਕਹਿੰਦੇ ਕਿ ਇੱਕ ਉਹਨਾਂ ਨੇ ਏਦਾਂ ਦਾ ਦਰਵਾਜ਼ਾ ਖੋਲਿਆ ਜਿਹਦੇ ਵਿੱਚ ਮੈਂ ਦੇਖਿਆ ਕਿ ਕਈ ਜਿਹੜੇ ਆ ਕਿ ਹਥਿਆਰਬੰਦ ਬੰਦੇ ਜਿਹੜੇ ਕਿ ਗੁੰਡਿਆਂ ਵਰਗਾ ਜਿਹਨਾਂ ਦਾ ਪਹਿਰਾਵਾ ਸੀ ਜੀ ਉਹ ਬੈਠੇ ਬੈਠੇ ਹੋਏ ਸੀਗੇ ਤੇ ਉਹਨਾਂ ਦੇ ਕੋਲ ਹਥਿਆਰ ਜਿਹੜੇ ਆ ਕਿ ਉਹ ਪਏ ਸੀਗੇ ਜੀ। ਇਹ ਗਵਾਹੀ ਜਿਹੜੀ ਆ ਕਿ ਇਹ ਸਰਦਾਰ ਬਲਬੀਰ ਸਿੰਘ ਪੱਤਰਕਾਰ ਜਿਹੜੀ ਹੈਗੀ ਇਹਨਾਂ ਦੇ ਰਾਹੀਂ ਸਾਹਮਣੇ ਆਈ ਸੀਗੀ ਕਿ ਸਿੰਘਾਂ ਦੇ ਉੱਤੇ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਉਣ ਵਾਲਾ ਟੋਲਾ, ਕਾਤਲਾਂ ਦਾ ਟੋਲਾ ਜਿਹੜਾ, ਤੇ ਉਹਨੂੰ ਸਰਦਾਰ ਦਲਬੀਰ ਸਿੰਘ ਹੋਰਾਂ ਨੇ ਆਪਣੀ ਅੱਖੀ ਦੇਖਿਆ ਸੀਗਾ। ਤੇ ਇਸ ਸਾਕੇ ਦੇ ਸੰਬੰਧ ਵਿੱਚ ਜਿਹੜੀ ਉਹਨਾਂ ਦੀ ਦੂਜੀ ਗਵਾਹੀ ਸੀ ਉਹ ਇਹ ਸੀਗੀ ਕਿ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਜਿਹੜਾ ਕਿ ਉਸ ਟਾਈਮ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਸੀ ਜੀ, ਉੱਥੇ ਮੌਜੂਦ ਹੁੰਦਿਆਂ ਵੀ ਜਿਹੜਾ ਕਿ ਉਹਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਉਹ ਘਟਨਾ ਸਥਾਨ ਦੇ ਉੱਤੇ ਜਾਵੇ ਤੇ ਜਾਣ ਬੁੱਝ ਕੇ ਇਹ ਝੂਠ ਬੋਲਿਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਸ ਟਾਈਮ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਹੀਂ ਸੀ। ਨਹੀਂ ਸੀ ਜੀ। ਤੇ ਸਰਦਾਰ ਦਲਬੀਰ ਸਿੰਘ ਹੋਰਾਂ ਨੇ ਇਹਦੇ ਸਬੂਤ ਜਿਹੜੇ ਆ ਕਿ ਦੁਨੀਆਂ ਦੇ ਸਾਹਮਣੇ ਪੇਸ਼ ਕੀਤੇ ਕਿ ਉਸ ਟਾਈਮ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਦਲ ਮੌਜੂਦ ਸੀ ਤੇ ਉਹਨਾਂ ਦੀ ਇੱਕ ਫੋਟੋ ਵੀ ਜਿਹੜੀ ਆ ਕਿ ਉਸ ਟਾਈਮ ਤੇ ਬਾਦਲ ਦੇ ਨਾਲ ਉਸ ਦਿਨ ਦੀ ਜਿਹੜੀ ਅੱਗੇ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਪਬਲਿਸ਼ ਹੋਈ ਹੈ। ਤੇ ਇਸ ਤੋਂ ਬਾਅਦ ਜਿਹੜਾ ਕਿ ਉਹਨਾਂ ਦਾ ਸੰਪਰਕ ਜਿਹੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਜੁੜਦਾ ਜੀ, ਤੇ ਉਹ ਉਸ ਹੱਕ ਸੱਚ ਦੀ ਲਹਿਰ ਦੇ ਵਿੱਚ ਸਿਰਫ ਇੱਕ ਬਤੌਰ ਪੱਤਰਕਾਰ ਨਾ ਰਹਿ ਕੇ ਜੀ ਤੇ ਉਹ ਇਸ ਦਾ ਇੱਕ ਹਿੱਸਾ ਬਣ ਜਾਂਦੇ ਆ। ਜੀ ਜੀ ਖਾਲਸਾ ਜੀ, ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਹੈਗਾ, ਆਮ ਕਰਕੇ ਕਿਹਾ ਜਾਂਦਾ ਹੈਗਾ ਕਿ ਜਿਹੜਾ ਪੱਤਰਕਾਰ ਹੁੰਦਾ ਹੈਗਾ ਉਹਨੂੰ ਪੱਤਰਕਾਰ ਹੀ ਰਹਿਣਾ ਚਾਹੀਦਾ ਹੈਗਾ, ਉਹਨੂੰ ਕਿਸੇ ਖਾਸ ਧਿਰ ਦੇ ਨਾਲ ਇੱਦਾਂ ਜੁੜਨਾ ਨਹੀਂ ਚਾਹੀਦਾ ਹੈਗਾ ਕਿਉਂਕਿ ਪੱਤਰਕਾਰ ਸਾਰਿਆਂ ਦਾ ਸਾਂਝਾ ਹੁੰਦਾ ਹੈਗਾ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਜਾਂ ਆਪਾਂ ਬੜੇ ਮਾਣ ਦੇ ਨਾਲ ਕਹਿੰਦੇ ਹੈਗੇ ਆ ਕਿ ਜਿਹੜਾ ਸਿੱਖ ਸੰਘਰਸ਼ ਉਸ ਵੇਲੇ ਚੱਲਿਆ ਜਾਂ ਸੰਤ ਭਿੰਡਰਾਂ ਵਾਲਿਆਂ ਦਾ ਉਹਨਾਂ ਨੇ ਲਾਗਿਓ ਨਿੱਘ ਮਾਣਿਆ ਉਹਨਾਂ ਦੇ ਸੰਘਰਸ਼ ਦਾ, ਸੰਤ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਵੀ ਕਰਦੇ ਰਹੇ, ਇੱਕ ਪੱਤਰਕਾਰ ਹੋਣ ਦੇ ਨਾਤੇ ਕੀ ਤੁਹਾਨੂੰ ਲੱਗਦਾ ਕਿ ਇੱਕ ਪੱਤਰਕਾਰ ਵਾਸਤੇ ਸਾਰਾ ਕੁਝ ਵਾਜਬ ਹੁੰਦਾ ਹੈ? ਹਾਂ ਨਹੀਂ ਬਿਲਕੁਲ, ਅਸਲ ਵਿੱਚ ਚਾਹੀਦਾ ਇਹ ਹੈ ਕਿ ਜਿਹੜੀ ਹੈ ਪੱਤਰਕਾਰੀ ਕਰਨੀ ਜੀ ਜਾਂ ਲਿਖਣਾ ਕਲਮ ਚਲਾਉਣੀ ਜਿਹੜੀ ਹੈ ਇਹਦਾ ਮਕਸਦ ਹੁੰਦਾ ਕਿ ਸੱਚ ਨੂੰ ਸਾਹਮਣੇ ਲਿਆਉਣਾ ਜੀ ਜੀ। ਤੇ ਉਹਨਾਂ ਨੇ ਆਪਣੀ ਅੱਖੀਂ ਵੇਖਿਆ ਕਿ ਸਮੇਂ ਦੀ ਹਕੂਮਤ ਜਿਹੜੀ ਹੈ ਪਹਿਲੀ ਗੱਲ ਤੇ ਇਹ ਹੈ ਕਿ ਉਹ ਸੱਚ ਦੇ ਉੱਤੇ ਪਰਦਾਪੋਸ਼ੀ ਕਰਨ ਦੇ ਯਤਨ ਕਰ ਰਹੀ ਹੈ ਜੀ। ਕਈ ਜਿਹੜੀਆਂ ਕਿ ਖਬਰਾਂ ਜਿਹੜੀਆਂ ਕਿ ਇਹਨਾਂ ਨੇ ਆਪਣੀ ਅੱਖੀਂ ਇਹਨਾਂ ਦੀਆਂ ਹੱਡੀਆਂ ਹੰਡਾਈਆਂ ਹਕੀਕਤਾਂ ਨੇ ਜਿਹੜੀਆਂ ਜੀ, ਤੇ ਅਜਿਹੀਆਂ ਖਬਰਾਂ ਜਿਹੜੀਆਂ ਕਿ ਜਾਣ ਬੁੱਝ ਕੇ ਫੈਲਾਈਆਂ ਜਾਂਦੀਆਂ ਸੀ ਜਿਹੜੀਆਂ ਕਿ ਸਿੱਖ ਸੰਘਰਸ਼ ਦੇ ਅਕਸ ਨੂੰ ਢਾਹ ਲਾਉਂਦੀਆਂ ਸੀ ਜੀ, ਤੇ ਜਾਣ ਬੁੱਝ ਕੇ ਜਿਹੜਾ ਕਿ ਕਈ ਜਿਹੜੇ ਬਿਆਨਾਂ ਨੂੰ ਸਿੱਖ ਜਥੇਬੰਦੀਆਂ ਜਿਹੜੀਆਂ ਸੀ ਉਹਨਾਂ ਦੇ ਬਿਆਨ ਸਨ, ਜਰਨੈਲ ਸਿੰਘ ਹੋਰਾਂ ਦੇ ਬਿਆਨ ਜਿਹੜੇ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਤੋੜ ਮਰੋੜ ਕੇ ਜਿਹੜਾ ਕਿ ਇਹ ਭੇਜਦੇ ਹੋਰ ਸੀ ਤੇ ਉੱਥੇ ਛਾਪਿਆ ਜਿਹੜਾ ਕੁਝ ਹੋਰ ਜਾਂਦਾ ਸੀ ਜੀ, ਜਿਹਦੇ ਨਾਲ ਜਿਹੜਾ ਕਿ ਇਹ ਹੌਲੀ ਹੌਲੀ ਸਪਸ਼ਟ ਹੁੰਦਾ ਗਿਆ ਕਿ ਜਿਹੜੀ ਸਮੇਂ ਦੀ ਹਕੂਮਤ ਤੇ ਜਿਹੜੇ ਮੀਡੀਆ ਘਰਾਣੇ ਨੇ ਜਿਹੜੇ ਵੱਡੇ ਵੱਡੇ ਜਿਹੜੇ ਉਹਨਾਂ ਦੇ ਉੱਤੇ
ਕਾਬਜ ਲੋਕ ਨੇ ਜੀ ਵੀ ਉਹ ਇੱਕ ਮੁੱਠ ਹੋ ਕੇ ਜਿਹੜਾ ਕਿ ਸਿੱਖ ਸੰਘਰਸ਼ ਨੂੰ ਜਿੱਥੇ ਕੁਚਲਣ ਲਈ ਜ਼ੋਰ ਲਾ ਰਹੇ ਆ ਜੀ ਉੱਥੇ ਇਸ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਵੀ ਸਿਰੇ ਦੀਆਂ ਜਿਹੜੀਆਂ ਕਮੀਨੀਆਂ ਹਰਕਤਾਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਇੱਕ ਸੱਚ ਨਾਲ ਜੁੜਿਆ ਹੋਇਆ ਕੋਈ ਵੀ ਆ ਭਾਵੇਂ ਉਹ ਪੱਤਰਕਾਰ ਹੈ ਉਹਦੇ ਸਾਹਮਣੇ ਹੋਰ ਕੋਈ ਰਾਹ ਹੀ ਨਹੀਂ ਰਹਿੰਦਾ ਕਿ ਉਹ ਇੱਕ ਬਣ ਕੇ ਸੱਚ ਦੇ ਨਾਲ ਖਲੋ ਜਾਵੇ ਤੇ ਇਹੀ ਜਿਹੜਾ ਕਿ ਸਰਦਾਰ ਦਲਬੀਰ ਸਿੰਘ ਹੋਰਾਂ ਨੇ ਸਿਰਫ ਸਰਦਾਰ ਦਲਬੀਰ ਸਿੰਘ ਨਹੀਂ ਹੋਰ ਵੀ ਕਈ ਜਿਹੜੇ ਪੱਤਰਕਾਰ ਜਿਹੜੇ ਸੀਗੇ ਇੱਥੋਂ ਤੱਕ ਕਿ ਜ਼ਿਆਦਾਤਰ ਸਰਦਾਰ ਦਲਬੀਰ ਸਿੰਘ ਹੋਰਾਂ ਦਾ ਵੀ ਤੇ ਹੋਰ ਕਈ ਪੱਤਰਕਾਰ ਜਿਨ੍ਹਾਂ ਦਾ ਪਿਛੋਕੜ ਜਿਹੜਾ ਕਿ ਕਾਮਰੇਡਾਂ ਦੇ ਨਾਲ ਜੁੜਦਾ ਸੀ ਤੇ ਉਹ ਇਸ ਮੌਕੇ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਸੱਚ ਜਿਹੜਾ ਉਹ ਸੰਤ ਜਰਨੈਲ ਸਿੰਘ ਹੋਰਾਂ ਦੀ ਜਿਹੜੀ ਧਿਰ ਹੈ ਉਹਦੇ ਨਾਲ ਹੈ ਤੇ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਹੋ ਕੇ ਰਹਿ ਗਏ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੇ ਇਸੇ ਇੱਕ ਸਟੈਂਡ ਦੇ ਉੱਤੇ ਖਲੋ ਕੇ ਜਿਹੜਾ ਕਿ ਆਪਣਾ ਜਿਹੜੇ ਕਲਮ ਚਲਾਈ ਤੇ ਜਿਹੜੇ ਹਕੂਮਤ ਦੇ ਜ਼ੁਲਮ ਨੇ ਜਾਂ ਇਹਦਾ ਝੂਠ ਹੈ ਜਾਂ ਇਹਦੀਆਂ ਕਮੀਨੀਆਂ ਕਿਰਤਾਂ ਨੇ ਉਹਨਾਂ ਨੂੰ ਬੇਨਕਾਬ ਕਰਨ ਦਾ ਕੰਮ ਕੀਤਾ। ਖਾਲਸਾ ਜੀ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਦਰਸ਼ਕ ਇਸ ਵੇਲੇ ਜਿਹੜੀ ਕਿਤਾਬ ਹੈਗੀ ਆ ਪਿੱਛੇ ਉਹਨਾਂ ਦੀ ਲਿਖੀ ਹੋਈ ਨੇੜਿਓਂ ਡਿੱਠੇ ਸੰਤ ਭਿੰਡਰਾਂ ਵਾਲੇ ਪਿੱਛੇ ਸਕਰੀਨ ਦੇ ਉੱਪਰ ਲੱਗੀ ਹੋਈ ਹੈ ਔਰ ਨਾਲ ਪੱਤਰਕਾਰ ਦਲਬੀਰ ਸਿੰਘ ਸਰਦਾਰ ਦਲਬੀਰ ਸਿੰਘ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਜਿਹੜੀ ਕਿਤਾਬ ਹੈਗੀ ਆ ਨੇੜਿਓਂ ਡਿੱਠੇ ਸੰਤ ਭਿੰਡਰਾਂ ਵਾਲੇ। ਮੈਂ ਚਾਹੁੰਦਾ ਕਿ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸਿਓ ਕਿਉਂਕਿ ਸੰਤ ਭਿੰਡਰਾਂ ਵਾਲਿਆਂ ਬਾਰੇ ਬਹੁਤ ਸਾਰੇ ਲੋਕਾਂ ਨੇ ਕਿਤਾਬਾਂ ਲਿਖੀਆਂ ਨੇ, ਉਹਨਾਂ ਲੋਕਾਂ ਨੇ ਵੀ ਕਿਤਾਬਾਂ ਲਿਖੀਆਂ ਨੇ ਸੰਤ ਭਿੰਡਰਾਂ ਵਾਲੇ ਬਾਰੇ ਆਪਣੇ ਲਿਖਤਾਂ ਲਿਖੀਆਂ ਨੇ ਜਿਹੜੇ ਉਹਨਾਂ ਨੂੰ ਅੱਤਵਾਦੀ ਦੱਸਦੇ ਨੇ, ਬਹੁਤ ਸਾਰੇ ਲੋਕਾਂ ਲਿਖੀਆਂ। ਔਰ ਮੈਂ ਚਾਹੂੰਗਾ ਕਿ ਜ਼ਰੂਰ ਥੋੜ੍ਹਾ ਜਿਹਾ ਤੁਸੀਂ ਸੰਖੇਪ ਜਿਹੇ ਦੇ ਵਿੱਚ ਕਿ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਬਾਬਤ ਕੀ ਲਿਖਿਆ ਹੈਗਾ ਔਰ ਸਿੱਖ ਸੰਘਰਸ਼ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਸਨ ਉਸ ਵੇਲੇ। ਹਾਂ ਇਹ ਅਸਲ ਵਿੱਚ ਜਿਹੜੀਆਂ ਕਿ ਮੈਂ ਕੁਝ ਘਟਨਾਵਾਂ ਜਿਹੜੀਆਂ ਦੱਸੀਆਂ ਉਹਨਾਂ ਦੇ ਜੀਵਨ ਇਹ ਵੀ ਅਸਲ ਵਿੱਚ ਕਿਉਂਕਿ ਉਹਨਾਂ ਨੇ ਜਦੋਂ 1984 ਤੋਂ ਬਾਅਦ ਦਾ ਆਇਆ ਜੀ ਕਿ ਕੋਈ ਵੀ ਜਦੋਂ ਜਗਿਆਸੂ ਜਾ ਕੇ ਉਹਨਾਂ ਦੇ ਕੋਲ ਬੈਠ ਜਾਂਦਾ ਸੀ ਜੀ ਤੇ ਉਹਨਾਂ ਦੇ ਕੋਲ ਉਹਨਾਂ ਘਟਨਾਵਾਂ ਦਾ ਸੰਤ ਜਰਨੈਲ ਸਿੰਘ ਜੀ ਨਾਲ ਜਿਹੜੀ ਨੇੜਤਾ ਦਾ ਨਿੱਘ ਮਾਣਿਆ ਉਹਨਾਂ ਨੇ ਜੀ ਉਹਨਾਂ ਕਈ ਘਟਨਾਵਾਂ ਦਾ ਇੰਨਾ ਵਿਸ਼ਾਲ ਖਜ਼ਾਨਾ ਜਿਹੜਾ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਸੀ ਮੌਜੂਦ ਸੀ ਜੀ ਕਿ ਉਹ ਪਤਾ ਨੀ ਲੱਗਦਾ ਕਦੋਂ ਟਾਈਮ ਲੰਘ ਜਾਂਦਾ ਉਹ ਗੱਲਾਂ ਜਿਹੜੀਆਂ ਕਿ ਸੰਤ ਜਰਨੈਲ ਸਿੰਘ ਹੋਰਾਂ ਦੀਆਂ ਸੁਣਾਉਂਦੇ ਰਹਿੰਦੇ ਤੇ ਉਹ ਗੱਲਾਂ ਵੀ ਇੰਨੀਆਂ ਜਿਹੜੀਆਂ ਕਿ ਕੰਮ ਦੀਆਂ ਦਿਲਚਸਪ ਹੁੰਦੀਆਂ ਜਿਹੜੀਆਂ ਕਿ ਪਤਾ ਨੀ ਲੱਗਦਾ ਟਾਈਮ ਦਾ ਤੇ ਉਹੀ ਤੋਂ ਬਾਅਦ ਉਹਨਾਂ ਸਾਰੀਆਂ ਘਟਨਾਵਾਂ ਨੂੰ ਜਿਹੜੀਆਂ ਕਿ ਉਹਨਾਂ ਨੇ ਅੱਖੀ ਡਿੱਠੀਆਂ ਤੇ ਹੱਡੀ ਹੰਡਾਈਆਂ ਸੀ ਉਹਨਾਂ ਨੂੰ ਹੀ ਲੜੀ ਵੱਧ ਕਰਕੇ ਉਹਨਾਂ ਨੇ ਜਿਹੜਾ ਕਿ ਪਹਿਲੀ ਕਿਤਾਬ ਜਿਹੜੀ ਉਹਨਾਂ ਦੀ ਕਿ ਨੇੜਿਓਂ ਡਿੱਠੇ ਸੰਤ ਜਰਨੈਲ ਸਿੰਘ ਜੀ ਤੇ ਇਹ ਜਿਹੜੀ ਆ ਕਿ ਉਹਨਾਂ ਨੇ ਜਿਹੜੀ ਪੰਜਾਬੀ ਪਾਠਕਾਂ ਦੇ ਸਨਮੁਖ ਜਿਹੜੀ ਪੇਸ਼ ਕੀਤੀ ਇਹਦੇ ਨਾਲ ਕਈ ਜਿਹੜੀਆਂ ਕਿ ਅਸੀਂ ਇਤਿਹਾਸਕ ਜਿਹੜੇ ਇਤਿਹਾਸਕਾਰਾਂ ਨੂੰ ਮੈਂ ਸਮਝਦਾ ਕਿ ਕਈ ਤੱਥ ਜਿਹੜੇ ਆ ਕਿ ਇਸ ਕਿਤਾਬ ਦੇ ਵਿੱਚੋਂ ਮਿਲ ਸਕਦੇ ਆ ਜੀ। ਵਾਕਈ ਜਸਵੀਰ ਸਿੰਘ ਸ਼ੇਰਾ ਉਹਨਾਂ ਦਾ ਕਹਿਣਾ ਹੈਗਾ ਕਿ ਨਿਧੜਕ ਪੱਤਰਕਾਰ ਸੀ ਭਾਈਆ ਦਲਬੀਰ ਸਿੰਘ। ਵਾਕਈ ਜਿਵੇਂ ਖਾਲਸਾ ਜੀ ਨੇ ਵੇਖਿਆ ਹੈਗਾ ਕਿ ਇੱਕ ਨਿਧੜਕ ਪੱਤਰਕਾਰ ਸਨ ਸਰਦਾਰ ਦਲਬੀਰ ਸਿੰਘ ਜੀ, ਉਹੀ ਗੱਲ ਜਸਵੀਰ ਸਿੰਘ ਸ਼ੇਰਾ ਜੀ ਨੇ ਆਖੀ ਹੈਗੀ ਆ। ਖਾਲਸਾ ਜੀ ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਹੈਗਾ ਕਿ ਜਿਵੇਂ ਸਾਡੇ ਪੱਤਰਕਾਰ ਹੈਗੇ ਨੇ ਸਾਡੇ ਤੋਂ ਪਹਿਲਾਂ ਮੈਂ ਇੱਕ ਸਵਾਲ ਪਹਿਲਾਂ ਹੋਰ ਪੁੱਛਣਾ ਚਾਹੂੰਗਾ ਕਿ ਇੱਕ ਪੱਤਰਕਾਰ ਹੁੰਦਾ ਹੈਗਾ ਔਰ ਇੱਕ ਸਿੱਖ ਪੱਤਰਕਾਰ, ਸਿੱਖ ਪੱਤਰਕਾਰਤਾ ਦੇ ਵਿੱਚ ਤੇ ਆਮ ਜਿਹੜੇ ਪੱਤਰਕਾਰ ਹੁੰਦੇ ਨੇ ਜਾਂ ਹੋਰ, ਕੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਫਰਕ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੁੰਦਾ ਫਰਕ? ਹਾਂ ਨਹੀਂ, ਪੱਤਰਕਾਰ ਦਾ ਮਕਸਦ ਜਿਹੜਾ ਕਿ ਸੱਚ ਦੇ ਉੱਤੇ ਪਹਿਰਾ ਦੇਣਾ ਜੀ ਤੇ ਸੱਚ ਦਾ ਸਾਥ ਦੇਣਾ ਤੇ ਝੂਠ ਨੂੰ ਬੇਨਕਾਬ ਕਰਨਾ ਜੀ, ਇਹ ਪੱਤਰਕਾਰ ਦੀ ਜ਼ਿੰਮੇਵਾਰੀ ਆ। ਕੋਈ ਵੀ ਪੱਤਰਕਾਰ ਹੋਵੇ, ਬੇਸ਼ੱਕ ਉਹ ਗੈਰ ਸਿੱਖ ਹੋਵੇ ਜੀ, ਤੇ
ਜੇ ਉਹ ਸਹੀ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਜਿਹੜੀ ਨਿਭਾ ਰਿਹਾ ਤੇ ਅਸੀਂ ਉਸ ਨੂੰ ਕਹਿ ਸਕਦੇ ਹਾਂ ਕਿ ਉਹ ਇੱਕ ਸਹੀ ਅਰਥਾਂ ਵਿੱਚ ਜਿਹੜਾ ਪੱਤਰਕਾਰੀ ਕਰ ਰਿਹਾ, ਤੇ ਅਜਿਹਾ ਕੋਈ ਵੀ ਪੱਤਰਕਾਰ ਭਾਵੇਂ ਹੋਵੇ ਉਸ ਦੀ ਕਲਮ ਨੂੰ ਉਹਦੀ ਜਿਹੜੀ ਡਿਊਟੀ ਆ ਉਹਨੂੰ ਸਲਾਮ ਕਰਨਾ ਬਣਦਾ। ਤੇ ਇਹ ਆ ਕਿ ਉਸ ਦੌਰ ਦੇ ਵਿੱਚ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਇਹ ਸਿੱਖ ਪੱਤਰਕਾਰ ਜਿਹੜੇ ਸੀਗੇ ਇਹਨਾਂ ਨੇ ਜ਼ਿੰਮੇਵਾਰੀ ਜਿਹੜੀ ਆ ਕਿ ਕਈ ਤਰ੍ਹਾਂ ਦੀਆਂ ਔਕੜਾਂ ਜਿਹੜੀਆਂ ਇਹਨਾਂ ਦੇ ਉੱਤੇ ਆਈਆਂ, ਇਹਨਾਂ ਨੂੰ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ ਜੀ। ਇੱਥੋਂ ਤੱਕ ਕਿ ਇਹਨਾਂ ਨੂੰ ਇੱਕ ਵਾਰੀ ਰੂਪੋਸ਼ ਵੀ ਹੋਣਾ ਪਿਆ, ਇਹਨਾਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਜੀ ਜੀ। ਕਿ ਕਈ ਤਰ੍ਹਾਂ ਦੇ ਅਸੀਂ ਦੇਖਦੇ ਹਾਂ ਕਿ ਖਿਤਾਬ ਜਿਹੜੇ ਆ ਕਿ ਹਕੂਮਤ ਵੱਲੋਂ ਸੱਚ ਦੇ ਉੱਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਖਿਤਾਬ ਦਿੱਤੇ ਜਾਂਦੇ ਸੀ ਉਹ ਦੱਸਿਆ ਕਰਦੇ ਸੀ ਕਿ ਘਟਨਾ ਕਿ ਇਹਨਾਂ ਦੇ ਬਾਰੇ ਜਾਣਕਾਰੀ ਜਿਸ ਵੇਲੇ ਰੂਪੋਸ਼ ਸੀਗੇ ਜੀ ਤੇ ਕੁਝ ਪੁਲਿਸ ਵਾਲੇ ਜਿਹੜੇ ਆ ਕਿ ਉਹ ਇਹਨਾਂ ਦੇ ਘਰੇ ਆਏ, ਇਹਨਾਂ ਦੇ ਲੜਕੇ ਨੂੰ ਉਹਨਾਂ ਨੇ ਪੁੱਛਿਆ ਜੀ ਕਿ ਤੇਰਾ ਡੈਡੀ ਜਿਹੜਾ ਕਿ ਉਹ ਕਿੱਥੇ ਆ ਜੀ। ਉਹਨਾਂ ਨੇ ਕਿਹਾ ਕਿ ਤੂੰ ਆਪਣਾ ਤੁਸੀਂ ਕਿਉਂ ਉਹਨਾਂ ਨੂੰ ਲੱਭ ਰਹੇ ਹੋ ਜੀ। ਉਹਨਾਂ ਦਾ ਕਹਿਣਾ ਸੀਗਾ ਕਿ ਉਹ ਬੀਸੀ ਨੇ ਜੀ। ਉਹਨੂੰ ਬੀਸੀ ਜਿਹੜਾ ਕਿ ਸਮਝ ਨਹੀਂ ਆਇਆ, ਅਸਲ ਵਿੱਚ ਉਹਦੇ ਦਿਮਾਗ ਦੇ ਵਿੱਚ ਸੀ ਜਿਵੇਂ ਆਮ ਬੀਸੀ ਸ਼ਬਦ ਵਰਤਿਆ ਜਾਂਦਾ ਜਿਹੜਾ ਕਿ ਇੱਕ ਲਫ਼ਜ਼ ਘੜਿਆ ਗਿਆ ਇਥੋਂ ਦੀ ਜਮਹੂਰੀਅਤ ਵੱਲੋਂ ਬੈਕਵਰਡ ਕਲਾਸ ਜੀ SCBC ਜਿੱਦਾਂ ਜੀ। ਹਾਂਜੀ ਉਹਨੇ ਕਿਹਾ ਨਹੀਂ ਅਸੀਂ ਜਿਹੜਾ ਵਾ ਅਸੀਂ ਵੈਸੇ ਜਨਰਲ ਸ਼੍ਰੇਣੀ ਦੇ ਵਿੱਚ ਆਉਂਦੇ ਹਾਂ ਜੀ। ਤੇ ਉਹ ਅੱਗੋਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਚਲੇ ਗਏ। ਬਾਅਦ ਦੇ ਵਿੱਚ ਸਰਦਾਰ ਦਲਬੀਰ ਸਿੰਘ ਨਾਲ ਜਦੋਂ ਉਹਨਾਂ ਦੀ ਗੱਲ ਹੋਈ ਤੇ ਫਿਰ ਕਹਿੰਦੇ ਕਿ ਮੈਂ ਉਹਨੂੰ ਦੱਸਿਆ ਕਿ ਇਹ ਜਿਹੜਾ ਬੀਸੀ ਜਿਹੜਾ ਇਹ ਸ਼ਬਦ ਜਿਹੜਾ ਕਿ ਸਾਡੇ ਲਈ ਵਰਤਦੇ ਆ ਜੀ, ਉਹਦਾ ਮਤਲਬ ਬੈਕਵਰਡ ਕਲਾਸ ਨਹੀਂ ਆ, ਉਹ ਇਹਨਾਂ ਦੇ ਲਈ ਆ ਜਿਹੜਾ ਕਿ ਉਹਦੇ ਸਪੈਲਿੰਗ ਇਹਨਾਂ ਨੇ ਲਿਖਿਆ ਬੈਡ ਕਰੈਕਟਰ ਜੀ। ਤੇ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਜਿਹੜੇ ਸੀਗੇ ਉਹ ਕਲਮਾਂ ਜਿਹੜੇ ਪੱਤਰਕਾਰ ਉਹਨਾਂ ਨੂੰ ਸਮੇਂ ਦੀ ਹਕੂਮਤ ਵੱਲੋਂ ਬੈਡ ਕਰੈਕਟਰ ਹੋਣ ਦਾ ਜਿਹੜਾ ਕਿ ਸਰਟੀਫਿਕੇਟ ਅਸੀਂ ਜਿਵੇਂ ਆਮ ਤੌਰ ਤੇ ਕਹਿੰਦੇ ਹਾਂ ਪੂਰੀ ਕੌਮ ਨੂੰ ਸਾਡੀ ਨੂੰ ਜਰਾਇਮ ਪੇਸ਼ਾ ਕੌਮ ਹੋਣ ਦਾ ਖਿਤਾਬ ਜਿਹੜਾ ਕਿ ਇਹਨਾਂ ਨੇ 1947 ਦੇ ਵਿੱਚ ਦੇ ਦਿੱਤਾ ਸੀ ਜੀ ਜੀ। ਤੇ ਇਸ ਤੋਂ ਇਲਾਵਾ ਜਿਹੜਾ ਕਿ ਉਸ ਤੋਂ ਬਾਅਦ ਵੀ ਜਿਹੜੇ ਕਈ ਤਰ੍ਹਾਂ ਦੇ ਸਰਟੀਫਿਕੇਟ ਜਿਹੜੇ ਕਿ ਸਾਨੂੰ ਮਿਲਦੇ ਰਹੇ ਆ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਆ ਬੈਡ ਕਰੈਕਟਰ ਜੀ। ਤੇ ਇਹ ਕਈ ਤਰ੍ਹਾਂ ਦਾ ਇਸ ਤਰ੍ਹਾਂ ਦੇ ਜਿਹੜੇ ਕਿ ਹਕੂਮਤੀ ਜ਼ੁਲਮ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਵੀ ਰਹੇ, ਉਹਨਾਂ ਦੇ ਉੱਤੇ ਕੇਸ ਵੀ ਰਜਿਸਟਰਡ ਹੋਏ ਤੇ ਇਸ ਤਰ੍ਹਾਂ ਦੇ ਖਿਤਾਬ ਜਿਹੜੇ ਆ ਕਿ ਹਕੂਮਤ ਵੱਲੋਂ ਜਿਹੜੇ ਕਿ ਇਹ ਵੀ ਉਹਨਾਂ ਨੂੰ ਮਿਲਦੇ ਰਹੇ। ਤੇ ਇਹਦੇ ਬਾਵਜੂਦ ਜਿਹੜਾ ਕਿ ਉਹਨਾਂ ਨੇ ਸੱਚ ਦੇ ਲਈ ਨੰਗੇ ਧੜ ਹੋ ਕੇ ਜਿਹੜੀ ਆ ਕਿ ਲੜਾਈ ਲੜੀ ਹੈ ਤੇ ਆਖਰੀ ਸਾਹ ਤੱਕ ਜਿਹੜਾ ਕਿ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹੇ। ਖਾਲਸਾ ਜੀ ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਹੈਗਾ, ਤੁਸੀਂ ਦੱਸਿਆ ਕਿ ਬੈਡ ਕਰੈਕਟਰ ਵਾਕਈ ਬਹੁਤ ਵੱਡੇ ਵੱਡੇ ਦਿੱਤੇ ਜਾਂਦੇ ਹੈਗੇ ਆ, ਪਰ ਜੇ ਆਪਾਂ ਕੌਮ ਦੀ ਗੱਲ ਕਰੀਏ ਸਿੱਖ ਕੌਮ ਦੀ ਗੱਲ ਕਰੀਏ ਤਾਂ ਸਿੱਖ ਸੰਘਰਸ਼ ਜਿਹੜਾ ਲੜਿਆ ਗਿਆ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੜਿਆ ਜਾ ਰਿਹਾ ਹੈਗਾ, ਔਰ ਉਸ ਸਿੱਖ ਸੰਘਰਸ਼ ਦੀ ਜਿਹੜਾ ਗੱਲ ਕਰਦਾ ਹੈਗਾ ਕੋਈ ਜਾਂ ਜਿਹੜੀ ਕਲਮ ਉਹਦੇ ਬਾਰੇ ਲਿਖਦੀ ਆ ਜਾਂ ਜਿਹੜੀ ਜ਼ੁਬਾਨ ਇੱਕ ਪੱਤਰਕਾਰ ਆਪਣੇ ਮੂੰਹ ਦੇ ਵਿੱਚੋਂ ਕੱਢਦਾ ਹੈਗਾ ਤਾਂ ਸ਼ਾਇਦ ਉਹਨਾਂ ਨੂੰ ਵੀ ਬੈਡ ਕਰੈਕਟਰ ਹੀ ਦੇਣ ਦੀ ਚਾਹਵਾਨ ਹੈਗੀ ਆ ਹਿੰਦ ਹਕੂਮਤ। ਪਰ ਜੇ ਆਪਾਂ ਸਿੱਖ ਕੌਮ ਦੀ ਗੱਲ ਕਰੀਏ ਤਾਂ ਕੀ ਲੱਗਦਾ ਤੁਹਾਨੂੰ ਕੋਈ ਸਿੱਖ ਕੌਮ ਨੂੰ ਸਿੱਖ ਕੌਮ ਉਹਨਾਂ ਲਿਖ ਉਹਨਾਂ ਕਲਮਕਾਰਾਂ ਨੂੰ ਜਾਂ ਉਹਨਾਂ ਬੋਲਣ ਵਾਲਿਆਂ ਨੂੰ ਪੱਤਰਕਾਰਾਂ ਨੂੰ ਜਿਹੜੇ ਅੱਜ ਵਾਕਈ ਤੁਹਾਡੇ ਮੁਤਾਬਕ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਨੂੰ ਮਾਣ ਦੇ ਪਾ ਰਹੀ ਆ ਕੌਮ, ਕੀ ਲੱਗਦਾ ਤੁਹਾਨੂੰ ਜੀ? ਅਸਲ ਵਿੱਚ ਕੌਮ ਦੇ ਨਾਲ ਸੰਬੰਧਿਤ ਜਿਹੜੇ ਜਿੰਨੇ ਕਿ ਵੀ ਅਸੀਂ ਦੇਖਦੇ ਹਾਂ ਕਿ ਪੰਥ ਦਰਦੀ ਜੀ ਜਿਹੜੀ ਆ ਉਹਨਾਂ ਦੀ ਗਿਣਤੀ ਜਿਹੜੀ ਆ ਸਮੁੱਚੀ ਕੌਮ ਦੇ ਵਿੱਚ ਅਸੀਂ ਵੇਖੀਏ ਹਾਂਜੀ ਤੇ ਬਹੁਤ ਘੱਟ ਆ ਜੀ।
ਇਸੇ ਵੇਲੇ ਜਿਹੜਾ ਕਿ ਜਦੋਂ ਇੱਕ ਲਹਿਰ ਬਣਦੀ ਹੈ, ਅਸੀਂ ਇਹ ਕਹਿ ਸਕਦੇ ਹਾਂ ਕਿ 2% ਲੋਕ ਜਿਹੜੇ ਨੇ ਜੀ ਉਹੀ ਹੁੰਦੇ ਆ ਕਿ ਜਿਹੜੇ ਕਿਸੇ ਵੀ ਲਹਿਰ ਨੂੰ ਜਨਮ ਦਿੰਦੇ ਆ, ਉਸ ਤੋਂ ਬਾਅਦ ਉਸ ਲਹਿਰ ਨੂੰ ਅੱਗੇ ਤੋਰਦੇ ਆ, ਜੀ ਤੇ ਬਾਕੀ ਦੀ ਕੌਮ ਜਿਹੜੀ ਹੁੰਦੀ ਆ ਕਿ ਉਹ ਲਹਿਰ ਦੇ ਪਿੱਛੇ ਜੀ ਚੱਲਦੀ, ਲਹਿਰ ਦੇ ਪਿੱਛੇ ਤੁਰਨ ਵਾਲੀ ਹੁੰਦੀ ਆ। ਹਾਂ ਜੀ ਤੇ ਇਸ ਹਾਲਾਤ ਦੇ ਵਿੱਚ ਜਿਹੜਾ ਕਿ ਅਸੀਂ ਵੇਖ ਰਹੇ ਹਾਂ ਕਿ ਇਸ ਟਾਈਮ ਤੇ ਸਾਡੀ ਕੌਮ ਜਿਹੜੀ ਆ ਕਿ ਉਹ ਖਿੰਡੀ ਹੋਈ ਆ, ਵੱਖ ਵੱਖ ਧੜਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਵੰਡੀਆਂ ਜਿਹੜੀਆਂ ਕੌਮ ਦੇ ਵਿੱਚ ਪੈ ਚੁੱਕੀਆਂ, ਤੇ ਇਹਨਾਂ ਵੰਡੀਆਂ ਨੂੰ ਦਿਨੋਂ ਦਿਨ ਜਿਹੜਾ ਕਿ ਸਾਡਾ ਦੁਸ਼ਮਣ ਬੜੀ ਚਲਾਕੀ ਦੇ ਨਾਲ ਵਧਾ ਰਿਹਾ, ਜਿਹੜੇ ਵਿਵਾਦ ਨੇ, ਜਿਹੜੇ ਮਸਲੇ ਨੇ, ਉਹਨਾਂ ਨੂੰ ਜਾਣ ਬੁੱਝ ਕੇ ਉਛਾਲਿਆ ਜਾ ਰਿਹਾ, ਉਹਨਾਂ ਨੂੰ ਵਧਾਇਆ ਜਾ ਰਿਹਾ, ਤਾਂ ਕਿ ਕੌਮ ਜਿਹੜੀ ਆ ਇਹ ਇਸੇ ਤਰ੍ਹਾਂ ਲੀਰੋ ਲੀਰ ਜਿਹੜੀ ਆ ਕਿ ਹੋਈ ਰਹੇ। ਤੇ ਇਸ ਦੇ ਵਿੱਚੋਂ ਜਿਹੜਾ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਿਲਹਾਲ ਜੀ ਜਿਹੜੇ ਆਪਣੇ ਤੇਰੇ ਜਿਹੜੀ ਆ ਪੱਤਰਕਾਰ ਨੇ, ਜਿਹੜੇ ਲੇਖਕ ਨੇ, ਤੇ ਉਹਨਾਂ ਨੂੰ ਆਪਣਾ ਕੰਮ ਜਿਹੜਾ ਕਿ ਫਿਲਹਾਲ ਨਿਸ਼ਕਾਮ ਹੋ ਕੇ ਜਿਹੜਾ ਕਰਦੇ ਰਹਿਣਾ ਚਾਹੀਦਾ ਜੀ, ਤੇ ਸਮਾਂ ਆਊਗਾ ਕਿ ਜਿਸ ਵੇਲੇ ਇਹਨਾਂ ਕੀਤੇ ਹੋਏ ਕੰਮਾਂ ਦਾ ਜਿਹੜੀ ਸਾਡੀ ਕੌਮ ਆ ਉਹਦੇ ਵੱਲੋਂ ਮੁੱਲ ਪਾਇਆ ਜਾਊਗਾ। ਪਰ ਖਾਲਸਾ ਜੀ, ਜਦੋਂ ਤੁਸੀਂ ਆਖਿਆ ਕਿ ਬਹੁਤ ਥੋੜੇ ਲੋਕ ਹੈਗੇ ਨੇ, ਪਰ ਜਦੋਂ ਮੈਨੂੰ ਲੱਗਦਾ ਕਿ ਥੋੜੇ ਜਦੋਂ ਹੋਣ ਤਾਂ ਫਿਰ ਤਾਂ ਸਗੋਂ ਜ਼ਿਆਦਾ ਵਹੇ ਸਤਿਕਾਰ, ਮਾਣ ਸਤਿਕਾਰ ਦਾ ਮਤਲਬ ਮੈਂ ਇਹ ਨਹੀਂ ਕਰਦਾ ਹੈਗਾ, ਕਹਿੰਦਾ ਹੈਗਾ ਕਿ ਉਹਨਾਂ ਨੂੰ ਰੁਪਈਆ ਪੈਸਾ ਵੱਧ ਦਿਓ ਜਾਂ ਉਹਨਾਂ ਦੇ ਨਾਲ, ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਮਾਣ ਸਤਿਕਾਰ ਮੈਂ ਇਦਾਂ ਦੀ ਆਸ ਕਰਦਾ ਹੈਗਾ ਕਿ ਜੇ ਘੱਟ ਜਣੇ ਹੈਗੇ ਤਾਂ ਸਗੋਂ ਉਹਨਾਂ ਦੇ ਨਾਲ, ਜੇ ਉਹਨਾਂ ਨੂੰ ਕੋਈ BC ਦਾ ਸਰਟੀਫਿਕੇਟ ਦਿੰਦਾ ਬੈਡ ਕਰੈਕਟਰ, ਜਾਂ ਜੇ ਉਹਨਾਂ ਦੇ ਨਾਲ ਕੋਈ ਧੱਕੇਸ਼ਾਹੀ ਕਰਦਾ, ਜਿਵੇਂ ਤੁਹਾਡੇ ਨਾਲ ਵੀ ਵਾਪਰਿਆ ਸੀਗਾ, ਮੈਂ ਵੀ ਹੰਡਾਇਆ, ਬਹੁਤ ਸਾਰੇ ਲੋਕਾਂ ਨੇ ਆਪਣੇ ਪਿੰਡੇ ਦੇ ਉੱਪਰ ਹੰਡਾਇਆ, ਉਸ ਵੇਲੇ ਉਹਨਾਂ ਦੇ ਨਾਲ ਨਹੀਂ ਖੜਦੀ ਹੈਗੀ ਕੌਮ ਉਸ ਪੱਧਰ ਦੇ, ਉਸ ਪੱਧਰ ਤੇ ਜਿੱਦਾਂ ਜਿਸ ਪੱਧਰ ਦੇ ਉੱਤੇ ਜਾ ਕੇ ਖੜਨਾ ਚਾਹੀਦਾ ਹੈਗਾ, ਮੈਂ ਉਦਾਂ ਦੀ ਗੱਲ ਕਰਦਾ। ਮਾਣ ਸਤਿਕਾਰ ਤਾਂ ਮੈਨੂੰ ਲੱਗਦਾ ਬਾਅਦ ਦੀ ਹਲੇ ਗੱਲ ਹੈਗੀ ਆ, ਚਲੋ ਜਦੋਂ ਮਿਲੂੰਗਾ ਮਿਲੂੰਗਾ, ਪਰ ਫਿਲਹਾਲ ਕੋਈ ਮੋਢੇ ਦੇ ਨਾਲ ਮੋਢਾ ਤਾਂ ਕੋਈ ਨਜ਼ਰ ਆਵੇ ਨਾ। ਹਾਂ ਨਹੀਂ, ਇਹਦੇ ਲਈ ਵੀ ਅਸਲ ਵਿੱਚ ਜਿਹੜਾ ਕਿ ਜਿਹੜਾ ਕਿ ਮੈਂ ਜ਼ਿਕਰ ਕੀਤਾ ਨਾ ਕਿ ਕੌਮ ਜਿਹੜੀ ਆ ਕਿ ਵੱਖ ਵੱਖ ਧੜਿਆਂ ਦੇ ਵਿੱਚ ਬੁਰੀ ਤਰ੍ਹਾਂ ਵੰਡੀ ਹੋਈ ਆ, ਤੇ ਇਹ ਉਦਮ ਜਿਹੜਾ ਕਿ ਜਿੰਨੇ ਵੀ ਕੰਮ ਕਰਨ ਵਾਲੇ ਵਰਕਰ ਨੇ, ਇਹ ਮੇਰੇ ਖਿਆਲ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਤੌਰ ਤੇ ਜਿਹੜਾ ਕਿ ਜਥੇਬੰਦ ਹੋਣ ਦੇ ਲਈ ਇੱਕ ਉਦਮ ਜਿਹੜਾ ਕਰਨਾ ਪਊਗਾ ਸਭ ਤੋਂ ਪਹਿਲਾਂ। ਤੇ ਇੱਕ ਇਸ ਤਰ੍ਹਾਂ ਦੀ ਸੰਸਥਾ, ਇੱਕ ਤਰ੍ਹਾਂ ਦੀ ਜਥੇਬੰਦੀ ਜਿਹੜੀ ਆ ਕਿ ਪੰਥ ਦਰਦੀਆਂ ਦੀ ਜਿਹੜੀ ਬਣੇ, ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਜਿਹੜਾ ਕਿ ਮਨੁੱਖੀ ਹੱਕਾਂ ਲਈ ਕੰਮ ਕਰ ਰਹੀਆਂ ਜਾਂ ਪੱਤਰਕਾਰੀ ਦੇ ਖੇਤਰ ਵਿੱਚ ਜਿਹੜਾ ਇੰਟਰਨੈਸ਼ਨਲ ਪੱਤਰਕਾਰੀ ਸੰਸਥਾਵਾਂ ਜਿਹੜੀਆਂ ਨੇ ਜੀ ਜੀ, ਉਹਨਾਂ ਦੇ ਨਾਲ ਵੀ ਉਹਨਾਂ ਦਾ ਰਾਬਤਾ ਹੋਵੇ ਜੀ, ਤੇ ਇਸ ਤਰੀਕੇ ਦੇ ਨਾਲ ਹੀ ਜਿਹੜਾ ਕਿ ਸਮੇਂ ਦੀ ਹਕੂਮਤ ਵੱਲੋਂ ਜਿਹੜੀਆਂ ਜਿਸ ਤਰ੍ਹਾਂ ਸਾਡੇ ਪੱਤਰਕਾਰੀ ਦੇ ਵਿੱਚ, ਸਾਡੇ ਪ੍ਰਚਾਰ ਦੇ ਵਿੱਚ ਰੁਕਾਵਟਾਂ ਜਿਵੇਂ ਪਾਈਆਂ ਜਾਂਦੀਆਂ, ਉਹਨਾਂ ਨੂੰ ਵੀ ਠੱਲ ਪਾਈ ਜਾ ਸਕਦੀ ਆ, ਤੇ ਜਿਹੜੀਆਂ ਕਿ ਸਿੱਖ ਵਿਰੋਧੀ ਤਾਕਤਾਂ ਵੱਲੋਂ ਜਿਹੜੀਆਂ ਵਧੀਕੀਆਂ ਹੁੰਦੀਆਂ, ਜਿਵੇਂ ਤੁਸੀਂ ਜ਼ਿਕਰ ਕੀਤਾ, ਤੁਹਾਡੇ ਨਾਲ ਵੀ ਇਹਨਾਂ ਨੇ ਪਿੱਛੇ ਜੇ ਹੁਸ਼ਿਆਰਪੁਰ ਜਿਹੜਾ ਜੋ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਜ਼ਰੂਰੀ ਆ ਕਿ ਅਸੀਂ ਜਿੰਨੇ ਕੁ ਵੀ ਕੰਮ ਕਰਨ ਵਾਲੇ ਵਰਕਰ ਆ ਕਿ ਉਹ ਇਕਮੁੱਠ ਹੋ ਕੇ ਜਿਹੜਾ ਕਿ ਸੰਗਠਿਤ ਹੋ ਕੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਕਿ ਜਥੇਬੰਦੀ ਵੀ ਬਣਾਈ ਜਾਵੇ, ਜਿਹਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਈ ਸੰਸਥਾਵਾਂ ਜਿਹੜੀਆਂ ਕਿ ਉਹਨਾਂ ਦੇ ਨਾਲ ਤਾਲਮੇਲ ਹੋਵੇ। ਜੀ ਜੀ, ਫਿਰ ਮੈਨੂੰ ਲੱਗਦਾ ਕਿ ਕਿਉਂਕਿ ਜਦੋਂ ਜਿੰਨਾ ਚਿਰ ਤੁਸੀਂ ਆਪਣੇ ਵਾਸਤੇ, ਮੈਨੂੰ ਲੱਗਦਾ ਆਪ ਨਹੀਂ ਖੜੇ ਹੁੰਦੇ ਹੈਗੇ, ਉਹਨਾਂ ਚਿਰ ਤੁਹਾਡੇ ਨਾਲ ਕੋਈ ਖੜੂਗਾ ਨਹੀਂ, ਸ਼ਾਇਦ ਇਹ ਕਹਿਣਾ ਚਾਹੁੰਦੇ ਹੋ ਤੁਸੀਂ। ਖਾਲਸਾ ਜੀ, ਬਿਲਕੁਲ ਬਿਲਕੁਲ ਜੀ ਜੀ, ਮੈਂ ਤੁਹਾਡੇ ਕੋਲੋਂ ਇਹ ਵੀ ਜਾਣਨਾ ਚਾਹੁੰਦਾ ਹੈਗਾ ਖਾਲਸਾ ਜੀ, ਵੀ ਜਦੋਂ ਅੱਜ ਪੱਤਰਕਾਰ, ਵੈਸੇ ਜਦੋਂ ਤੁਸੀਂ ਆਖਿਆ ਕਿ ਪੱਤਰਕਾਰ ਤੇ ਪੱਤਰਕਾਰ ਹੁੰਦਾ ਹੈਗਾ, ਪੱਤਰਕਾਰ ਦਾ ਕੰਮ ਹੈਗਾ ਕਿ ਜੋ ਕੁਛ ਵਾਪਰ ਰਿਹਾ ਹੈਗਾ ਉਹਦੇ ਬਾਰੇ ਦੱਸਣਾ, ਇਨਫੋਰਮੇਸ਼ਨ ਦੇਣੀ ਕਿ ਅੱਜ ਫਲਾਨੀ ਜਗ੍ਹਾ ਫਲਾਨੀ ਘਟਨਾ ਵਾਪਰੀ ਔਰ ਉਹਦੇ ਲਈ ਫਲਾਣੇ ਫਲਾਣੇ ਲੋਕ ਜ਼ਿੰਮੇਵਾਰ ਨੇ, ਰਿਪੋਰਟਿੰਗ ਕਰਦੇ ਹੈਗੇ ਆ ਪੱਤਰਕਾਰ,
ਔਰ ਪੱਤਰਕਾਰ ਆਪਣੇ ਵਿਊ ਵੀ ਦਿੰਦਾ ਹੈਗਾ ਕਿ ਜਦੋਂ ਪੱਤਰਕਾਰ ਨੂੰ ਪਤਾ ਹੈਗਾ ਕਿ ਵਾਕਈ ਮੇਰੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ, ਕਿਹਨੇ ਝੂਠ ਬੋਲਿਆ, ਕਿਹਨੇ ਸੱਚ ਬੋਲਿਆ, ਕਿਹਨੇ ਧੱਕਾ ਕੀਤਾ ਤੇ ਕਿਹਨੇ ਧੱਕਾ ਝੱਲਿਆ, ਜਦੋਂ ਪੱਤਰਕਾਰ ਨੂੰ ਸਾਰਾ ਕੁਝ ਸਾਫ਼ ਹੋਵੇ ਤਾਂ ਪੱਤਰਕਾਰ ਫਿਰ ਰਿਪੋਰਟਿੰਗ ਤੋਂ ਅੱਗੇ ਜਾ ਕੇ ਆਪਣੇ ਵਿਊ ਵੀ ਦੇ ਸਕਦਾ ਹੈਗਾ ਕਿ ਮੈਂ ਇਸ ਗੱਲ ਨੂੰ ਜਾਣਦਾ ਹੈਗਾ ਕਿ ਆਹ ਕੁਝ ਵਾਪਰਿਆ। ਪਰ ਖਾਲਸਾ ਜੀ, ਮੈਨੂੰ ਲੱਗਦਾ ਕਿ ਪੱਤਰਕਾਰ ਵੀ ਆਪਸ ਵਿੱਚ ਵੰਡੇ ਹੋਏ ਨੇ। ਹੁਣ ਜਿਹੜਾ ਪੱਤਰਕਾਰ ਭਾਈਚਾਰਾ ਹੈਗਾ, ਜੇ ਅੱਜ ਸਰਦਾਰ ਦਲਬੀਰ ਸਿੰਘ ਹੋਰਾਂ ਦਾ ਕੱਦ ਐਡਾ ਉੱਚਾ ਹੈਗਾ ਹੱਕ ਸੱਚ ਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਵਿੱਚ, ਤਾਂ ਸਾਰੇ ਹੀ ਪੱਤਰਕਾਰ ਭਾਈਚਾਰੇ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀਗਾ। ਪਰ ਅੱਜ ਸਿੱਖ ਮੀਡੀਆ ਨਾਲ ਸੰਬੰਧਿਤ ਲੋਕ, ਸਿੱਖ ਪੱਤਰਕਾਰਤਾ ਨਾਲ ਜੁੜੇ ਹੋਏ ਲੋਕ ਉੱਥੇ ਹਾਜ਼ਰ ਸੀਗੇ, ਜਿਹੜੇ ਬਾਕੀ ਲੋਕ ਉੱਥੇ ਹਾਜ਼ਰ ਨਹੀਂ ਸੀਗੇ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਭਾਰਤੀ ਮੀਡੀਆ ਦੇ ਪੱਤਰਕਾਰ ਹੈਗੇ ਨੇ ਇਹ ਲੋਕ। ਮੈਨੂੰ ਲੱਗਦਾ ਕਿ ਇਹ ਗੱਲ ਜ਼ਰੂਰ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਪੱਤਰਕਾਰ ਭਾਈਚਾਰਾ ਆਪਸ ਵਿੱਚ ਪਾਟਾ ਹੋਇਆ ਆ। ਇਦਾਂ ਹੀ ਆ ਨਾ ਜੀ? ਹਾਂ ਨਹੀਂ ਬਿਲਕੁਲ, ਵੱਡੀ ਗੱਲ ਤੇ ਇਹ ਹੈ ਕਿ ਜਿਹੜਾ ਆਪਣਾ ਭਾਰਤੀ ਮੀਡੀਆ ਜਿਹੜਾ ਕਿ ਇਹ ਸਿੱਖ ਹੱਕਾਂ ਦੇ ਲਈ ਕੰਮ ਕਰਨ ਵਾਲੇ ਵਰਕਰ ਨੇ ਜਾਂ ਪੱਤਰਕਾਰ ਜਿਹੜੇ ਨੇ, ਇਹ ਉਹਨਾਂ ਨੂੰ ਪੱਤਰਕਾਰਾਂ ਦੀ ਗਿਣਤੀ ਦੇ ਵਿੱਚ ਨਹੀਂ ਰੱਖਦਾ ਜੀ। ਤੇ ਕਿਤੇ ਵੀ ਕੋਈ ਵੀ ਜਿਹੜੀ ਹੈ ਕਿ ਗੱਲ ਹੋਵੇ ਜਾਂ ਇਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਜੀ, ਤੇ ਉਹਦੇ ਵਿੱਚ ਸਾਨੂੰ ਜਿਹੜਾ ਕਿ ਕਾੜਕੂਵਾਦ ਦੇ ਨਾਲ ਸਿੱਧੇ ਤੌਰ ਤੇ ਉੱਤੇ ਜੋੜ ਦਿੰਦੇ ਆ ਕਿ ਇਹ ਉਹਨਾਂ ਦੇ ਸਮਰਥਕ ਨੇ, ਜੀ ਜੀ ਜੀ, ਉਹਨਾਂ ਨੂੰ ਪੱਤਰਕਾਰਾਂ ਦੀ ਸ਼੍ਰੇਣੀ ਦੇ ਵਿੱਚ ਰੱਖ ਕੇ ਜਿਹੜੀ ਆ ਗੱਲ ਨਹੀਂ ਕੀਤੀ ਜਾਂਦੀ ਜੀ। ਤੇ ਇਸ ਕਰਕੇ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਮੀਡੀਆ ਦੇ ਉੱਤੋਂ ਜਿਹੜੀ ਆ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਰੱਖਣ ਦੀ ਲੋੜ ਨਹੀਂ ਆ। ਤੇ ਆਪਣੀ ਸਭ ਤੋਂ ਵੱਡੀ ਓਟ ਜਿਹੜੀ ਆ ਕਿ ਗੁਰੂ ਸਾਹਿਬ ਦੇ ਦਿੱਤੇ ਸਿਧਾਂਤ ਜਿਹੜੇ ਆ ਉਹਨਾਂ ਦੀ ਬਖਸ਼ੀ ਸੇਧ ਆ, ਤੇ ਉਸ ਸੇਧ ਦੇ ਵਿੱਚ ਜਿਹੜਾ ਕਿ ਅਸੀਂ ਹੱਕ ਸੱਚ ਦੇ ਲਈ ਲੜਾਈ ਵੀ ਲੜਨੀ ਹੈ ਜੀ। ਤੇ ਇਹਦੇ ਨਾਲ ਆਪਣੀ ਕੌਮ ਦੇ ਨਾਲ ਵੀ ਹੋ ਰਿਹਾ ਜਿਹੜਾ ਧੱਕਾ, ਜਾਂ ਦੁਨੀਆਂ ਦੇ ਵਿੱਚ ਕਿਸੇ ਨਾਲ ਵੀ ਧੱਕਾ ਹੁੰਦਾ, ਤੇ ਉਸ ਧੱਕੇ ਦੇ ਖਿਲਾਫ਼ ਜਿਹੜੀ ਆ ਕਿ ਇੱਕ ਸਿੱਖ ਵਜੋਂ, ਇੱਕ ਪੱਤਰਕਾਰ ਵਜੋਂ ਜਿਹੜਾ ਕਿ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਆਪਣੀ ਬੁਲੰਦ ਕਰਨੀ ਹੈ ਜੀ। ਖਾਲਸਾ ਜੀ, ਤੁਹਾਡੀ ਜਾਣਕਾਰੀ ਚ ਹੈ ਕਿ ਹੁਣ ਉਹਨਾਂ ਦੇ ਖੰਡਪਾਠ ਸਾਹਿਬ ਦੇ ਭੋਗ ਕਦੋਂ ਪੈਣਗੇ, ਅੰਤਮ ਅਰਦਾਸ ਕਦੋਂ ਹੋਏਗੀ? ਹਾਂ, ਅਜੇ ਉਹਨਾਂ ਨੇ ਤਰੀਕ ਜਿਹੜੀ ਆ ਕਿ ਮੇਰੇ ਖਿਆਲ ਅੱਜ ਸ਼ਾਮ ਤੱਕ ਸਾਨੂੰ ਉਹਨਾਂ ਦੀ ਜਿਹੜਾ ਕਿ ਅਖੰਡ ਪਾਠ ਸਾਹਿਬ ਦੇ ਭੋਗ ਦੀ ਜਾਂ ਸਹਿਜ ਪਾਠ ਦੇ ਭੋਗ ਦੀ ਜਿਹੜੀ ਆ ਜੀ ਉਹ ਤਰੀਕ ਜਿਹੜੀ ਅੱਜ ਸ਼ਾਮ ਤੱਕ ਪਤਾ ਲੱਗੇਗੀ ਜੀ। ਅਜੇ ਉਹ ਤਰੀਕ ਜਿਹੜੀ ਆ ਕਿ ਅਨਾਉਂਸ ਨਹੀਂ ਕੀਤੀ ਜੀ। ਖਾਲਸਾ ਜੀ, ਮੈਨੂੰ ਲੱਗਦਾ ਕਿ ਸਵਾਲ ਤਾਂ ਬੜੇ ਹੋਰ ਕੀਤੇ ਜਾ ਸਕਦੇ ਹੈਗੇ ਆ। ਆਮ ਕਰਕੇ ਜਦੋਂ ਕੋਈ ਵੀ ਇਨਸਾਨ ਦੁਨੀਆਂ ਤੋਂ ਰੁਖਸਤ ਹੁੰਦਾ ਹੈ ਤੇ ਮੁੱਢਲੇ ਸਵਾਲ ਤੇ ਪਹਿਲਾਂ ਇਹੀ ਹੁੰਦੇ ਆ ਕਿ ਉਹਨਾਂ ਦੀ ਉਮਰ ਕਿੰਨੀ ਸੀਗੀ, ਕੀ ਗੱਲ ਹੋ ਗਈ, ਉਹ ਢਿੱਲੇ ਸੀਗੇ, ਬਿਮਾਰ ਸੀਗੇ, ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀਗੀ, ਜਾਂ ਕੋਈ ਐਕਸੀਡੈਂਟ ਹੋ ਗਿਆ, ਜਾਂ ਕੀ ਵਜ੍ਹਾ ਬਣੀ ਉਹਨਾਂ ਦੀ ਮੌਤ ਦੀ, ਵਜ੍ਹਾ ਕੀ ਬਣੀ ਆ। ਪਰ ਮੈਨੂੰ ਲੱਗਦਾ ਕਿ ਸਵਾਲ ਮੇਰੇ ਵੀ ਦਿਮਾਗ 'ਚ ਸੁੱਤੇ ਸਿੱਧੇ ਆਹੀ ਆਏ ਕਿ ਕਿਉਂਕਿ ਉਹਨਾਂ ਦਾ ਕੱਦ ਐਡਾ ਉੱਚਾ ਹੈਗਾ, ਉਹਨਾਂ ਨੇ ਆਪਣੇ ਜੀਵਨ ਵਿੱਚ ਜੋ ਕੁਛ ਕੀਤਾ ਹੈਗਾ, ਜੋ ਲਿਖਿਆ ਹੈਗਾ, ਉਹਨਾਂ ਦੀ ਕਲਮ ਨੇ ਧਿਆਨ ਜਾਂਦਾ ਹੀ ਸਿੱਧਾ ਉੱਧਰ ਹੈਗਾ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕੀਤਾ ਕੀ ਕੁਛ। ਉਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਸਵਾਲ ਇਹ ਬੜੇ ਛੋਟੇ ਪੈ ਜਾਂਦੇ ਹੈਗੇ ਆ ਕਿ, ਪਰ ਮੈਂ ਫਿਰ ਵੀ ਜ਼ਰੂਰ ਚਾਹੂੰਗਾ ਕਿਉਂਕਿ ਸਾਡੇ ਦਰਸ਼ਕ ਜਿਹੜੇ ਜੁੜ ਰਹੇ ਹੈਗੇ ਆ ਉਹਨਾਂ ਦੇ ਮਨ ਵਿੱਚ ਜ਼ਰੂਰ ਇੱਕ ਇੱਛਾ ਹੋਊਗੀ ਜਾਣਨ ਦੀ ਕਿ ਉਹਨਾਂ ਦੀ ਤਕਰੀਬਨ ਉਮਰ ਕਿੰਨੀ ਸੀਗੀ, ਜਾਂ ਉਹਨਾਂ ਨੂੰ ਕੀ ਬਿਮਾਰ ਸੀਗੇ ਉਹ ਜਦੋਂ ਕੱਲ੍ਹ ਉਹਨਾਂ ਦੀ ਡੈਥ ਹੋਈ ਆ ਤਾਂ। ਹਾਂ, ਉਹਨਾਂ ਦੀ ਸਿਹਤ ਜਿਹੜੀ ਆ ਕਿ ਕਈ ਸਾਲਾਂ ਤੋਂ ਜਿਹੜੀ ਆ ਕਿ ਬਹੁਤ ਜਿਹੜੀ ਅਸੀਂ ਕਹਿ ਸਕਦੇ ਹਾਂ ਠੀਕ ਨਹੀਂ ਸੀ ਕਿ ਠੀਕ ਨਹੀਂ ਸੀ ਜੀ ਜੀ, ਤੇ ਹੱਥ ਜਿਹੜੇ ਆ ਕਿ ਉਹਨਾਂ ਦੇ ਬਿਲਕੁਲ ਕੰਮ ਨਹੀਂ ਸੀ ਕਰ ਰਹੇ ਜੀ, ਤੇ ਉਹ ਲਿਖ ਵੀ ਨਹੀਂ ਸੀ ਸਕਦੇ ਕਈ ਸਾਲਾਂ ਤੋਂ, ਜਿਹੜਾ ਕਿ ਉਹ ਬੋਲ ਕੇ ਲਿਖਾਉਂਦੇ ਸੀ ਜਾਂ ਸਿਖਾਉਂਦੇ ਸੀ ਜਾਂ ਕੰਪਿਊਟਰ ਤੇ ਬੈਠ ਕੇ ਟਾਈਪ ਕਰਾਉਂਦੇ ਸੀਗੇ ਜੀ। ਇਸ ਹਾਲਾਤ ਦੇ ਵਿੱਚ ਵੀ ਜਿਹੜਾ ਕਿ ਉਹਨਾਂ ਨੇ ਕੰਮ ਕਰਨਾ ਜਾਰੀ ਰੱਖਿਆ, ਇਥੋਂ ਤੱਕ ਕਿ ਪਿੱਛੇ ਜੇ ਕਿ
ਉਹਨਾਂ ਨੇ ਆਪਣੀ ਖਰਾਬ ਸਿਹਤ ਜਿਹੜੀ ਉਹਨੂੰ ਧਿਆਨ ਵਿੱਚ ਰੱਖਦਿਆਂ ਜੀ ਇੱਕ ਮਿਲਣੀ ਜਿਹੜੀ ਆ ਕਿ ਕੀਤੀ ਸੀਗੀ। ਓ ਅੱਛਾ ਮੈਨੂੰ ਜੀ ਯਾਦ ਆ ਉਸ ਵਿੱਚ ਉਹਨਾਂ ਨੇ ਸਾਨੂੰ ਬੁਲਾਇਆ ਸੀ ਜੀ। ਤੇ ਉਦੋਂ ਮਜ਼ਾਕ ਨਾਲ ਸੀਗਾ ਕਿ ਮਰਨ ਤੋਂ ਬਾਅਦ ਜਿਹੜੇ ਆ ਕਿ ਮਿੱਤਰ ਇੱਥੇ ਇਕੱਠੇ ਹੁੰਦੇ ਆ ਉਹ ਤੇ ਕਿੰਨੇ ਵੇਖਣੇ, ਇਸ ਕਰਕੇ ਮੈਂ ਆਪਣੇ ਜਿਉਂਦੇ ਜੀ ਜਿਹੜਾ ਇੱਕ ਮਿੱਤਰ ਮਿਲਣੀ ਜਿਹੜੀ ਆ ਕਿ ਉਹ ਕਰ ਰਿਹਾ ਤੇ ਮੇਰੇ ਜਿਉਂਦੇ ਜੀ ਜਿਹੜਾ ਕਿ ਤੁਸੀਂ ਆ ਕੇ ਜਿਹੜਾ ਕਿ ਇੱਕ ਵਾਰੀ ਸਾਰੇ ਮੈਨੂੰ ਮਿਲ ਜਾਓ ਜੀ। ਤੇ ਉਹ ਕਈ ਸਾਲ ਮੇਰੇ ਖਿਆਲ 10 ਸਾਲ ਤੋਂ ਵੀ ਵੱਧ ਸਮਾਂ ਜਿਹੜਾ ਕਿ ਉਸ ਗੱਲ ਨੂੰ ਹੋ ਗਿਆ ਤੇ ਬਹੁਤ ਸਿਹਤ ਜਿਹੜੀ ਆ ਕਿ ਹੱਥ ਪੈਰ ਉਹਨਾਂ ਦੇ ਜਦੋਂ ਕਿਤੇ ਵੀ ਜਾਂਦੇ ਸੀ ਉਹਨਾਂ ਦੇ ਹੱਥ ਲਗਾਤਾਰ ਜਿਹੜੇ ਆ ਕਿ ਕੰਬਦੇ ਰਹਿੰਦੇ ਸੀਗੇ ਤੇ ਕੋਈ ਵੀ ਚੀਜ਼ ਜਿਹੜੀ ਆ ਉਹ ਹੱਥ ਵਿੱਚ ਨਹੀਂ ਸੀ ਫੜ ਸਕਦੇ, ਲਿਖ ਨਹੀਂ ਸੀ ਸਕਦੇ ਤੇ ਇਸ ਹਾਲਾਤ ਦੇ ਵਿੱਚ ਵੀ ਜਦੋਂ ਕੋਈ ਵੀ ਮਸਲਾ ਕੌਮੀ ਮਸਲਾ ਜਿਹੜਾ ਸਾਹਮਣੇ ਆਉਂਦਾ ਸੀ ਤੇ ਉਹ ਬੇਸ਼ੱਕ ਉਹ ਫੋਨ ਕਿਸੇ ਨੂੰ ਤੋਂ ਕਹਿ ਕੇ ਆਪਣੇ ਜਿਹੜੇ ਇੱਕ ਪਰਿਵਾਰ ਦੇ ਕਿਸੇ ਮੈਂਬਰ ਤੋਂ ਕਹਿ ਕੇ ਫੋਨ ਲਗਵਾਉਂਦੇ ਸੀ, ਕਈ ਵਾਰੀ ਮੈਨੂੰ ਫੋਨ ਕਰਦੇ ਸੀ, ਕਈ ਵਾਰੀ ਕਿਸੇ ਹੋਰ ਨੂੰ ਵੀ ਕਰਦੇ ਸੀ ਤੇ ਉਸ ਦੇ ਉੱਤੇ ਚਰਚਾ ਕਰਦੇ ਸੀ ਕਿ ਆਹ ਮਸਲਾ ਜਿਹੜਾ ਹੁਣ ਸਾਹਮਣੇ ਆਇਆ ਤੇ ਇਹਨੂੰ ਕੌਮ ਨੇ ਜਿਹੜਾ ਕਿਵੇਂ ਨਜਿੱਠਣਾ ਜੀ ਜੀ। ਤੇ ਇਸ ਹਾਲਾਤ ਦੇ ਵਿੱਚ ਵੀ ਜਿਹੜਾ ਕਿ ਖਰਾਬ ਸਿਹਤ ਦੇ ਬਾਵਜੂਦ ਲਗਾਤਾਰ ਜਿਹੜਾ ਕਿ ਉਹ ਕੰਮ ਜਿਹੜਾ ਕਿ ਆਪਣਾ ਕਰਦੇ ਰਹੇ ਜੀ 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 ਜ਼ਰੂਰ। ਖਾਲਸਾ ਜੀ ਅਖੀਰਲਾ ਸਵਾਲ ਹੈਗਾ, ਜਿੰਨੇ ਵੀ ਦਰਸ਼ਕ ਖਾਸ ਕਰਕੇ ਜਿਹੜੇ ਪੱਤਰਕਾਰਤਾ ਦੇ ਖੇਤਰ ਵਿੱਚ ਆਪਣੇ ਹੱਥ ਅਜ਼ਮਾਉਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੇ ਅੰਦਰ ਲਗਨ ਹੈਗੀ ਆ, ਕਿਉਂਕਿ ਅੱਜ ਹਰ ਇੱਕ ਸੱਜਣ ਜਿਹੜਾ ਹੈਗਾ ਆ ਪੱਤਰਕਾਰ ਹੈਗਾ, ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈਗਾ, ਹਰ ਕੋਈ ਆਪੋ ਆਪਣੀ ਪ੍ਰਤੀਕਿਰਿਆ ਦਿੰਦਾ ਹੈਗਾ ਜੋ ਵੀ ਕਿਤੇ ਘਟਨਾ ਵਾਪਰਦੀ ਹੈਗੀ ਆ, ਜਿਨ੍ਹਾਂ ਲੋਕਾਂ ਦੇ ਅੰਦਰ ਚਾਹਤ ਹੈਗੀ ਆ ਕਿ ਅਸੀਂ ਹੱਕ ਸੱਚ ਤੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ, ਉਹਨਾਂ ਲੋਕਾਂ ਨੂੰ ਪੱਤਰਕਾਰ ਦਲਬੀਰ ਸਿੰਘ ਜੀ ਦਾ ਹਵਾਲਾ ਦੇ ਕੇ ਕੀ ਕਹਿਣਾ ਚਾਹੁੰਦੇ ਹੈਗੇ ਕਿ ਉਹ ਕਿੱਦਾਂ ਉਹਨਾਂ ਤੋਂ ਅਗਵਾਈ ਲੈ ਕੇ ਜਾਂ ਉਹਨਾਂ ਵਰਗੀਆਂ ਕਲਮਾਂ ਤੋਂ ਅਗਵਾਈ ਲੈ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਨੇ? ਹਾਂਜੀ ਨੇ ਬਿਲਕੁਲ, ਅਸਲ ਵਿੱਚ ਕਿਸੇ ਵੀ ਅਜਿਹੇ ਪੱਤਰਕਾਰ ਦਾ ਇੱਕ ਜੀਵਨ ਜਿਹੜਾ ਜੀ ਤੇ ਉਹ ਬੜਾ ਉਹਦੇ ਵਿੱਚੋਂ ਹੀ ਕਈ ਜਿਹੜੀਆਂ ਕਿ ਪ੍ਰੇਰਨਾ ਲੈਂਦੀਆਂ ਨੇ ਸ਼ਖਸੀਅਤਾਂ ਜਿਹੜੀਆਂ ਜੀ, ਤੇ ਬਹੁਤ ਪੱਤਰਕਾਰ ਏਦਾਂ ਦੇ ਹੋਣਗੇ ਜਿਹੜੇ ਸਮੇਂ ਦੀ ਹਕੂਮਤ ਦੇ ਨਾਲ ਹੱਥ ਮਿਲਾ ਕੇ ਉਹਨਾਂ ਦੇ ਚਾਪਲੂਸ ਬਣ ਕੇ ਉਹਨਾਂ ਤੋਂ ਕਈ ਤਰ੍ਹਾਂ ਦੇ ਫਾਇਦੇ ਵੀ ਲੈਂਦੇ ਆ ਜੀ, ਪਰ ਉਹ ਵਕਤੀ ਤੌਰ ਦੇ ਉੱਤੇ ਤੇ ਬੇਸ਼ੱਕ ਆਪਣਾ ਜੋ ਵੀ ਆ ਉਹ ਫਾਇਦੇ ਲੈਂਦੇ ਹੋਣਗੇ ਜੀ, ਪਰ ਜਿਸ ਵੇਲੇ ਇਤਿਹਾਸ ਦੇ ਵਿਦਿਆਰਥੀ ਜਿਹੜੇ ਆ ਜਾਂ ਪੱਤਰਕਾਰੀ ਦੇ ਖੋਜੀ ਜਿਹੜੇ ਆ ਉਹਨਾਂ ਨੇ ਜਦੋਂ ਸਾਰੀ ਇਹ ਸਰਚ ਕਰਨੀ ਹੈ ਉਹਦੇ ਵਿੱਚ ਉਹਨਾਂ ਤੋਂ ਇਹ ਗੱਲ ਗੁੱਝੀ ਨਹੀਂ ਰਹਿਣੀ ਕਿ ਕਿਹੜੇ ਪੱਤਰਕਾਰ ਸੀ ਜਿਹੜੇ ਉਸ ਦੌਰ ਦੇ ਵਿੱਚ ਜਿਨ੍ਹਾਂ ਨੇ ਸੱਚ ਦੇ ਨਾਲ ਖਲੋਣ ਦੀ ਜੁਰਤ ਕੀਤੀ, ਜਿਨ੍ਹਾਂ ਨੇ ਹਕੂਮਤ ਦੇ ਜ਼ੁਲਮ ਨੂੰ ਹਕੂਮਤ ਦੀ ਬੇਈਮਾਨੀ ਨੂੰ ਜਿਹੜਾ ਕਿ ਕਰਨ ਦੀ ਜੁਰਤ ਕੀਤੀ, ਉਹ ਉਸ ਟਾਈਮ ਤੇ ਜਿਹੜਾ ਕਿ ਉਹਨਾਂ ਦਾ ਮੁੱਲ ਜਿਹੜਾ ਉਹ ਇਤਿਹਾਸ ਦੇ ਵਿੱਚ ਪਊਗਾ ਤੇ ਸਾਨੂੰ ਅਜਿਹੀਆਂ ਸ਼ਖਸੀਅਤਾਂ ਤੋਂ ਪ੍ਰੇਰਨਾ ਲੈ ਕੇ ਸਮੇਂ ਦੀ ਹਕੂਮਤ ਦੇ ਨਾਲ ਜਿਹੜਾ ਕਿ ਉਹਨਾਂ ਦੇ ਚਾਪਲੂਸ ਬਣ ਕੇ ਕੰਮ ਕਰਨ ਦੀ ਬਜਾਏ ਜਿਹੜਾ ਸਾਡੇ ਸਿੱਖ ਸਿਧਾਂਤ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਕਿ ਕਬਰ ਦੇ ਖਿਲਾਫ਼, ਚੱਕੇਸ਼ਾਹੀ ਦੇ ਖਿਲਾਫ਼, ਹੱਕ ਸੱਚ ਦੇ ਲਈ ਜੂਝਣ ਵਾਲੀਆਂ ਜਿਹੜੀਆਂ ਧਿਰਾਂ ਨੇ ਕਿ ਉਹਨਾਂ ਦੇ ਨਾਲ ਹੋ ਕੇ ਜਿਹੜਾ ਸੱਚ ਦੀ ਆਵਾਜ਼ ਬੁਲੰਦ ਕਰਨੀ, ਇਹੀ ਸਾਡਾ ਸਿੱਖ ਸਿਧਾਂਤ ਹੈ ਤੇ ਇਹੀ ਪੱਤਰਕਾਰੀ ਜਿਹੜੀ ਹੈ ਉਹਦਾ ਇੱਕ ਸੱਚਾ ਤੇ ਸੁੱਚਾ ਫਰਜ਼ ਆ ਤੇ ਇਹ ਫਰਜ਼ ਜਿਹੜਾ ਕਿ ਸਾਨੂੰ ਸਭ ਨੂੰ ਨਿਭਾਉਣ ਦਾ ਯਤਨ ਕਰਨਾ ਚਾਹੀਦਾ ਜੀ। ਵਾਕਈ ਖਾਲਸਾ, ਜਿੱਦਾਂ ਤੁਸੀਂ ਆਖਿਆ ਹੈਗਾ ਕਿ ਜਦੋਂ ਉਹ ਖੋਜ ਕੀਤੀ ਜਾਊਗੀ ਤਾਂ ਉਸ ਵੇਲੇ ਜ਼ਰੂਰ ਇਹ ਗੱਲ ਦੇਖੀ ਆਊਗੀ ਵੀ ਕੌਣ ਜਿਹੜਾ ਹੈਗਾ ਆ ਉਹ ਸੱਚ ਦੇ ਉੱਪਰ ਖੜਾ ਹੋਇਆ ਤੇ ਕੌਣ ਸਰਕਾਰਾਂ ਦੇ ਕੋਲ ਜਾ ਕੇ ਵਿਕ ਗਿਆ, ਪਰ ਜਿਹੜੇ ਨਹੀਂ ਵਿਕਦੇ ਹੈਗੇ ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹਿੰਦਾ ਹੈਗਾ, ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈਗਾ, ਚੇਤੇ ਦੂਜਿਆਂ ਨੂੰ ਵੀ ਕੀਤਾ ਜਾਂਦਾ ਹੈਗਾ ਕਿ ਇਹ ਲੋਕ ਵਿਕ ਗਏ।
ਔਰ ਜਿਹੜੇ ਵਧੀਆ ਤਰੀਕੇ ਨਾਲ ਵਿਕੇ ਉਹਨਾਂ ਦਾ ਵੀ ਜ਼ਿਕਰ ਆਉਂਦਾ ਹੈਗਾ, ਪਰ ਉੱਥੇ ਜ਼ਿਕਰ ਜ਼ਰੂਰ ਆਉਂਦਾ ਹੈਗਾ ਕਿ ਇਹ ਲੋਕ ਸਰਕਾਰਾਂ ਦੇ ਪਿੱਠੂ ਬਣ ਕੇ ਰਹੇ, ਪਰ ਜਿਨ੍ਹਾਂ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਉਹਨਾਂ ਦਾ ਜ਼ਿਕਰ ਬਿਲਕੁਲ ਹੀ ਹੱਥ ਜੋੜ ਕੇ ਔਰ ਸਿਰ ਨਵਾ ਕੇ ਲੋਕ ਕਰਦੇ ਨੇ, ਪਿੱਛੇ ਝਾਤ ਮਾਰ ਕੇ ਦੇਖੀ ਜਾ ਸਕਦੀ ਹੈ। ਖਾਲਸਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਨਾਲ ਜੁੜੇ, ਔਰ ਪੱਤਰਕਾਰ ਦਲਬੀਰ ਸਿੰਘ ਜੀ ਦੇ ਬਾਬਤ ਤੁਸੀਂ ਬਹੁਤ ਸਾਰੀ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਧੰਨਵਾਦ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਸਾਡੇ ਮਹਿਮਾਨ ਸਰਦਾਰ ਬਲਜੀਤ ਸਿੰਘ ਜੀ ਖਾਲਸਾ, ਸੰਪਾਦਕ ਫਤਿਹ ਸੰਪਾਦਕ ਵੰਗਾਰ ਰਸਾਲਾ। ਹਰੇਕ ਮਹੀਨੇ ਸ਼ਬਦ ਹੈਗਾ ਵੰਗਾਰ ਰਸਾਲਾ, ਅੰਮ੍ਰਿਤਸਰ ਤੋਂ ਉਹਦੇ ਸੰਪਾਦਕ ਨੇ ਸਰਦਾਰ ਬਲਜੀਤ ਸਿੰਘ ਜੀ ਖਾਲਸਾ। ਅੱਜ ਆਪਾਂ ਗੱਲਬਾਤ ਕੀਤੀ ਹੈਗੀ ਆ ਪੱਤਰਕਾਰ ਦਲਬੀਰ ਸਿੰਘ ਦੁਨੀਆ ਤੋਂ ਰੁਖਸਤ। ਪਿੱਛੇ ਸਕਰੀਨ ਦੇ ਉੱਪਰ ਤੁਸੀਂ ਫੋਟੋ ਦੇਖ ਰਹੇ ਹੈਗੇ ਆ ਸਰਦਾਰ ਦਲਬੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਫੋਟੋ ਹੈਗੀ ਹੈ। ਇਹ ਫੋਟੋ ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਹੈਗੀ ਹੈ ਇੱਕ ਕਿਤਾਬ ਦੇ ਉੱਪਰ ਛਪੀ ਹੋਈ ਹੈ ਫੋਟੋ ਉਹਨਾਂ ਦੀ, ਕਿਤਾਬ ਲਿਖੀ ਹੋਈ ਹੈ ਨੇੜਿਓਂ ਡਿੱਠੇ ਸੰਤ ਭਿੰਡਰਾਂ ਵਾਲੇ ਔਰ ਲਿਖੀ ਹੋਈ ਹੈ ਪੱਤਰਕਾਰ ਸਰਦਾਰ ਦਲਬੀਰ ਸਿੰਘ ਜੀ ਦੁਆਰਾ। ਜਿਵੇਂ ਖਾਲਸਾ ਜੀ ਨੇ ਜ਼ਿਕਰ ਕੀਤਾ ਹੈਗਾ ਕਿ ਪੱਤਰਕਾਰ ਦਲਬੀਰ ਸਿੰਘ ਹੱਕ ਸੱਚ ਤੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸਨ, ਉਹਨਾਂ ਨੇ ਜੋ ਕੁਛ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਜਿਹਨਾਂ ਗੱਲਾਂ ਨੂੰ ਉਹ ਭਲੀ ਭਾਂਤ ਜਾਣਦੇ ਸੀਗੇ ਕਿ ਵਾਪਰ ਕੀ ਰਿਹਾ ਹੈਗਾ, ਹੋ ਕੀ ਰਿਹਾ, ਸਰਕਾਰ ਕੀ ਕਰ ਰਹੀ ਹੈ ਔਰ ਸਰਕਾਰ ਦੇ ਖਿਲਾਫ਼ ਸੰਘਰਸ਼ ਕਰਨ ਵਾਲੇ ਕੀ ਉਹ ਲੋਕ ਬਾਗੀ ਨੇ, ਕੀ ਉਹ ਯੋਧੇ ਨੇ, ਕੀ ਉਹ ਲੋਕ ਮੱਕਾਰ ਨੇ, ਕੀ ਉਹ ਲੋਕ ਗੱਦਾਰ ਨੇ, ਕੀ ਉਹ ਲੋਕ ਦੇਸ਼ ਧਰੋਹ ਨੇ, ਸਾਰਾ ਕੁਛ ਜਾਣਦੇ ਸੀਗੇ। ਇਸ ਕਰਕੇ ਉਹਨਾਂ ਨੇ ਨੇੜਿਓਂ ਡਿੱਠੇ ਸੰਤ ਭਿੰਡਰਾਂ ਵਾਲੇ ਲਿਖ ਕੇ ਇੱਕ ਸਬੂਤ ਦਿੱਤਾ ਇਸ ਗੱਲ ਦਾ ਕਿ ਮੈਂ ਉਹਨਾਂ ਦੇ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜੇ ਸਰਕਾਰ ਉਹਨਾਂ ਨੂੰ ਅੱਤਵਾਦੀ ਦੱਸਦੀ ਹੈ ਤਾਂ ਮੈਂ ਆਪਣਾ ਫਰਜ਼ ਨਿਭਾ ਕੇ ਜਾਵਾਂ ਕਿ ਨੇੜਿਓਂ ਡਿੱਠੇ ਸੰਤ ਭਿੰਡਰਾਂ ਵਾਲੇ ਉਹ ਅੱਤਵਾਦੀ ਨਹੀਂ ਸਨ, ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸਨ, ਉਹ ਇਨਸਾਨੀਅਤ ਦੇ ਰਾਖੇ ਸਨ। ਸੋ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਸਾਰਾ ਕੁਛ ਲਿਖ ਕੇ ਸਾਬਤ ਕੀਤਾ। ਹਾਲਾਂਕਿ ਜਿਵੇਂ ਸਰਦਾਰ ਖਾਲਸਾ ਜੀ ਨੇ ਦੱਸਿਆ ਹੈਗਾ, ਬਲਜੀਤ ਸਿੰਘ ਖਾਲਸਾ ਜੀ ਨੇ, ਕਿ ਉਹਨਾਂ ਨੂੰ ਤੇ ਉਹਨਾਂ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੂੰ, ਕਿਉਂਕਿ ਸਰਕਾਰਾਂ ਕਰਦੀਆਂ ਨੇ ਬੀਸੀ, ਬੀਸੀ ਦਾ ਭਾਵ ਜਿਵੇਂ ਉਹਨਾਂ ਨੇ ਦੱਸਿਆ ਕਿ ਬੈਡ ਕਰੈਕਟਰ, ਕਿ ਇਹ ਲੋਕ ਬੈਡ ਕਰੈਕਟਰ ਵਾਲੇ ਨੇ। ਅੱਜ ਬਹੁਤ ਸਾਰੇ ਪੱਤਰਕਾਰ ਭਾਈਚਾਰੇ ਦੇ ਲੋਕ ਉਹਨਾਂ ਦੇ ਸੰਸਕਾਰ ਦੇ ਉੱਪਰ ਨਹੀਂ ਜਾਂਦੇ, ਉਹਨਾਂ ਦੇ ਭੋਗ ਦੇ ਉੱਪਰ ਨਹੀਂ ਜਾਂਦੇ। ਕਿਉਂ? ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਲੋਕ ਜਰਾ ਕੁ ਥੋੜ੍ਹੇ ਜ਼ਿਆਦਾ ਹੀ ਗਰਮ ਹੁੰਦੇ ਨੇ, ਉਹ ਗਰਮ ਗਰਮ ਲਿਖਦੇ ਹੈਗੇ ਜਾਂ ਖਾੜਕੂ ਟਾਈਪ ਦੇ ਹੁੰਦੇ ਨੇ, ਪਰ ਸ਼ਾਇਦ ਉਹ ਲੋਕ ਉਸ ਵੇਲੇ ਭੁੱਲ ਜਾਂਦੇ ਨੇ ਕਿ ਪੱਤਰਕਾਰੀ ਜੇ ਸੱਚ ਬੋਲਣਾ ਹੈਗਾ ਤਾਂ ਸੱਚ ਗਰਮ ਹੋ ਕੇ ਹੀ ਬੋਲਿਆ ਜਾਂਦਾ ਹੈ। ਜਦੋਂ ਸੱਚ ਬੋਲਣਾ ਹੁੰਦਾ ਹੈਗਾ ਤਾਂ ਕੋਠੇ ਉੱਤੇ ਖੜੇ ਹੋ ਕੇ ਰੌਲਾ ਪਾਉਣਾ ਪੈਂਦਾ ਹੈਗਾ ਔਰ ਉਹਦੇ ਵਾਸਤੇ ਸਰਕਾਰਾਂ ਦੇ ਤਸ਼ੱਦਦ ਵੀ ਝੱਲਣੇ ਪੈਂਦੇ ਨੇ, ਸ਼ਾਇਦ ਪੱਤਰਕਾਰ ਇਹ ਸਾਰੀ ਗੱਲਬਾਤ ਭੁੱਲ ਜਾਂਦੇ ਨੇ। ਸੋ ਉਹਨਾਂ ਨੂੰ ਇਸ ਪਾਸੇ ਧਕੇਲ ਦਿੱਤਾ ਜਾਂਦਾ ਹੈਗਾ ਕਿ ਇਹ ਲੋਕ, ਕਿਉਂਕਿ ਸਰਕਾਰਾਂ ਇਹਨਾਂ ਨੂੰ ਪਸੰਦ ਨਹੀਂ ਕਰਦੀਆਂ, ਕਿਉਂਕਿ ਪ੍ਰਸ਼ਾਸਨ ਇਹਨਾਂ ਨੂੰ ਪਸੰਦ ਨਹੀਂ ਕਰਦਾ, ਕਿਉਂਕਿ ਅਸੀਂ ਵੀ ਇੰਨੇ ਯੋਗੇ ਨਹੀਂ ਹੁੰਦੇ ਹੈਗੇ ਵੀ ਅਸੀਂ ਉਹਨਾਂ ਦੀ ਬਰਾਬਰੀ ਕਰ ਸਕੀਏ। ਫਿਰ ਉਹ ਉਹਨਾਂ ਨੂੰ ਦੂਜੇ ਪਾਸੇ ਧਕੇਲਣ ਵਾਲੇ ਪਾਸੇ ਨੂੰ ਤੁਰ ਪੈਂਦੇ ਹੈਗੇ ਆ ਕਿ ਨਹੀਂ ਜੀ, ਅਸੀਂ ਇਹਨਾਂ ਲੋਕਾਂ ਨੂੰ ਨਹੀਂ ਜਾਣਦੇ ਹੈਗੇ, ਜਾਂ ਇਹ ਲੋਕ ਥੋੜ੍ਹੇ ਹੋਰ ਤਰ੍ਹਾਂ ਦੇ ਹੈਗੇ ਆ, ਜਾਂ ਇਹ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੇ ਨੇ। ਇਹ ਉਹਨਾਂ ਉਹ ਗੱਲਾਂ ਕਰਦੇ ਆ ਜਿਹੜੀਆਂ ਜਿਹਨਾਂ ਨੂੰ ਸਰਕਾਰ ਅੱਤਵਾਦੀ ਦੱਸਦੀ ਹੈ, ਇਹ ਉਹਨਾਂ ਨੂੰ ਕੌਮ ਦੇ ਯੋਧੇ ਦੱਸਦੇ ਆ, ਇਸ ਕਰਕੇ ਅਸੀਂ ਉਹਨਾਂ ਤੋਂ ਇੱਕ ਦੂਰੀ ਬਣਾ ਕੇ ਰੱਖਣੀ ਹੈ। ਸੋ ਉਹ ਇੱਦਾਂ ਕਰਦੇ ਨੇ, ਪਰ ਜਿਵੇਂ ਖਾਲਸਾ ਜੀ ਨੇ ਆਖਿਆ ਹੈਗਾ ਕਿ ਜਿਹੜੇ ਲੋਕ ਆਉਣ ਵਾਲੇ ਸਮੇਂ ਵਿੱਚ ਭਵਿੱਖ ਦੇ ਵਿੱਚ ਜਦੋਂ ਇਹਨਾਂ ਚੀਜ਼ਾਂ ਬਾਰੇ ਜਦੋਂ ਜਾਂਚ ਹੋਈ, ਜਦੋਂ ਇਹਨਾਂ ਚੀਜ਼ਾਂ ਬਾਰੇ ਆਉਣ ਵਾਲੇ ਨਵੇਂ ਵਿਦਿਆਰਥੀ ਸਰਚ ਕਰਨਗੇ ਕਿ ਕਿਹਨਾਂ ਲੋਕਾਂ ਨੇ ਕੀ ਕੀਤਾ, ਕਿਹੜੇ ਪੱਤਰਕਾਰ ਵਿਕੇ, ਕਿਹੜੀਆਂ ਕਲਮਾਂ ਵਿਕ ਗਈਆਂ, ਜ਼ਿਕਰ ਉਹਨਾਂ ਦਾ ਵੀ ਹੋਏਗਾ, ਪਰ ਉਹਨਾਂ ਦਾ ਨਾਮ ਸਤਿਕਾਰ ਦੇ ਨਾਲ ਨਹੀਂ ਲਿਆ ਜਾਏਗਾ। ਸਤਿਕਾਰ ਦੇ ਨਾਲ ਨਾਮ ਉਹਨਾਂ ਕਲਮਾਂ ਦਾ ਲਿਆ ਜਾਏਗਾ, ਉਹਨਾਂ ਹੱਥਾਂ ਦਾ ਲਿਆ ਜਾਏਗਾ ਜਿਨ੍ਹਾਂ ਹੱਥਾਂ ਨੇ ਉਹਨਾਂ ਕਲਮਾਂ ਦੇ ਨਾਲ ਹੱਕ ਤੇ ਸੱਚ ਦੀ ਗੱਲ ਨੂੰ ਠੋਕ ਵਜਾ ਕੇ ਟਣਕਾ ਕੇ ਲਿਖਿਆ। ਸੋ ਆਸ ਕਰਦੇ ਹਾਂ ਪੱਤਰਕਾਰ ਸਰਦਾਰ ਦਲਬੀਰ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ, ਉਹਨਾਂ ਦੀਆਂ ਲਿਖਤਾਂ ਤੋਂ ਪ੍ਰੇਰਣਾ ਲੈ ਕੇ ਜਿਹੜੇ ਨਵੇਂ ਪੱਤਰਕਾਰ ਬਣਦੇ ਚਾਹਵਨ ਮੁੰਡੇ ਕੁੜੀਆਂ ਹੈਗੇ ਨੇ, ਉਹ ਇੱਕ ਤਰ੍ਹਾਂ ਰਾਹ ਦਸੇਰਾ ਨੇ ਉਹਨਾਂ ਲੋਕਾਂ ਦੇ ਵਾਸਤੇ, ਉਹਨਾਂ ਨੌਜਵਾਨਾਂ ਦੇ ਵਾਸਤੇ ਜਿਹੜੇ ਇਸ ਖੇਤਰ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ।
ਆਸ ਕਰਦੇ ਹਾਂ ਕਿ ਜ਼ਰੂਰ ਉਹਨਾਂ ਦੇ ਜੀਵਨ ਤੋਂ ਉਹਨਾਂ ਦੀਆਂ ਲਿਖਤਾਂ ਤੋਂ ਲਾਹਾ ਲੈਣਗੇ। ਜਿਵੇਂ ਖਾਲਸਾ ਜੀ ਨੇ ਦੱਸਿਆ ਕਿ ਹਲੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਤਰੀਕ ਡਿਸਾਈਡ ਨਹੀਂ ਕੀਤੀ ਹੈ ਕਿ ਕਿਸ ਦਿਨ ਸ਼੍ਰੀ ਸਹਿਜ ਪਾਠ ਦੇ ਜਾਂ ਅਖੰਡ ਸਾਹਿਬ ਦੇ ਭੋਗ ਪੈਣਗੇ। ਜਦੋਂ ਤਰੀਕ ਨਿਸ਼ਚਿਤ ਕੀਤੀ ਜਾਊਗੀ ਤਾਂ ਪੂਰੀ ਦੁਨੀਆ ਨੂੰ ਦੱਸ ਦਿੱਤਾ ਜਾਊਗਾ। ਉਸ ਤੋਂ ਬਾਅਦ ਉਹਨਾਂ ਦੇ ਭੋਗ ਦੇ ਉੱਪਰ ਸਾਰੇ ਹੀ ਸੱਜਣ ਜ਼ਰੂਰ ਹਾਜ਼ਰੀਆਂ ਭਰਨਗੇ, ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ, ਜਿਹਨਾਂ ਨੂੰ ਪਤਾ ਹੈਗਾ ਕਿ ਉਹ ਹੱਕ ਸੱਚ ਤੇ ਇਨਸਾਫ਼ ਦੇ ਪਹਿਰੇਦਾਰ ਸਨ। ਕੱਲ੍ਹ ਫਿਰ ਤੁਹਾਡੇ ਰੂਬਰੂ ਹੋਵਾਂਗੇ ਪ੍ਰੋਗਰਾਮ ਬਾਜ਼ ਦੀ ਉਡਾਰੀ ਲੈ ਕੇ। ਨਵਾਂ ਵਿਸ਼ਾ ਹੋਏਗਾ, ਨਵੇਂ ਮਹਿਮਾਨ ਸਾਡੇ ਨਾਲ ਜੁੜਨਗੇ। ਸਾਰਿਆਂ ਦਾ ਧੰਨਵਾਦ ਜੀ, ਕੱਲ੍ਹ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।